ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਉਹ ਕੌਮ ਜਿਹਨੂੰ ਸਾਰੀ ਦੁਨੀਆ ਸਲਾਮ ਕਰਦੀ ਸੀ ਉਹ ਕੌਮ ਅੱਜ ਸਿਮਟ ਕੇ ਇੱਕ ਛੋਟੇ ਜਿਹੇ ਖਿੱਤੇ ਦੇ ਵਿੱਚ ਰਹਿ ਗਈ ਹੈ ਤੇ ਬੇੜੀਆਂ 'ਚ ਬੱਟੇ ਕਿਸੇ ਬਾਹਰ ਦੇ ਨਹੀਂ ਪਾਏ, ਸਾਡੇ ਆਪਣਿਆਂ ਨੇ ਪਾਏ ਨੇ ਜਿਹੜੇ ਚੋਲੇ ਪਾ ਕੇ ਅੱਜ ਵੱਡੇ ਵੱਡੇ ਅਹੁਦਿਆਂ ਤੇ ਬੈਠੇ ਹੋਏ ਨੇ। ਬਹੁਤ ਲੋਕ ਕਿਰਪਾਨ ਇਸ ਕਰਕੇ ਨਹੀਂ ਪਾਉਂਦੇ ਕਿ ਉਹ ਅੰਮ੍ਰਿਤਧਾਰੀ ਨੇ, ਬਹੁਤ ਲੋਕ ਕਿਰਪਾਨ ਇਸ ਕਰਕੇ ਪਾਉਂਦੇ ਆ ਕਿ ਕਿਰਪਾਨ ਪਾਉਣ ਨਾਲ ਬੰਦੇ ਦੇ ਐਬ ਲੁਕ ਜਾਂਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਗਦੀਪ ਸਿੰਘ ਕੋਟ ਭਾਈ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਗਦੀਪ ਜੀ, ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿ ਇੱਕ ਇਨਫੋਰਮੇਸ਼ਨ ਸਾਡੇ ਕੋਲ ਆਈ ਹੈ ਕਿ ਜਿਸ ਗੁਰੂ ਘਰ ਦੇ ਵਿੱਚ ਤੁਸੀਂ ਪਿਛਲੇ 12-13 ਸਾਲਾਂ ਤੋਂ ਲਗਾਤਾਰ ਗ੍ਰੰਥੀ ਸਿੰਘ ਦੀ ਸੇਵਾ ਨਿਭਾ ਰਹੇ ਸੀ, ਤੁਸੀਂ ਇੱਕ ਪੰਥ ਪ੍ਰਸਿੱਧ ਕਥਾਵਾਚਕ ਹੋ, ਆਪਣੀ ਸੇਵਾਵਾਂ ਬੜੇ ਲੰਬੇ ਸਮੇਂ ਤੋਂ ਨਿਭਾ ਰਹੇ ਹੋ, ਪਰ ਉੱਥੋਂ ਤੁਹਾਨੂੰ ਜਿਸ ਤਰੀਕੇ ਨਾਲ ਰੁਸਵਾ ਕੀਤਾ ਗਿਆ, ਤੁਸੀਂ ਸਰੋਪਾ ਲੈਣ ਤੋਂ ਵੀ ਇਨਕਾਰ ਕਰ ਦਿੱਤਾ, ਪਿੱਛੇ ਦਾ ਕਾਰਨ ਕੀ ਹੈ, ਕਿਉਂ ਤੁਹਾਨੂੰ ਗੁਰੂ ਘਰ ਚੋਂ ਕੱਢਿਆ ਗਿਆ? ਅਸਲ 'ਚ ਭਾਈ ਸਾਹਿਬ ਜੀ, ਮੈਂ 12 ਸਾਲਾਂ ਤੋਂ ਲਗਾਤਾਰ ਪੰਥ ਦੀ, ਕੌਮ ਦੀ ਸੇਵਾ ਵੱਖ ਵੱਖ ਗੁਰਦੁਆਰਿਆਂ ਵਿੱਚ ਨਿਭਾ ਰਿਹਾ ਜੀ। ਔਰ ਜਿਸ ਜਗ੍ਹਾ ਤੇ ਮੈਂ ਰਹਿ ਰਿਹਾ, ਇਹ ਜਗ੍ਹਾ ਦਾ ਨਾਮ ਹੈ ਪਿੰਡ ਨਾਥਪੁਰਾ, ਜ਼ਿਲ੍ਹਾ ਬਠਿੰਡਾ ਜੀ। ਇਸ ਜਗ੍ਹਾ ਤੇ ਮੈਨੂੰ ਤਕਰੀਬਨ 3 ਸਾਲ ਲਗਭਗ ਹੋਣ ਵਾਲੇ ਸੀ, ਮੈਂ ਲਗਾਤਾਰ ਇੱਥੇ ਸੇਵਾ ਕਰ ਰਿਹਾ ਸੀ ਜੀ। ਮੈਂ ਅੱਜ ਇੱਥੋਂ ਮੈਨੂੰ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੇ ਸੇਵਾ ਮੁਕਤ ਕਰ ਦਿੱਤਾ। ਸੇਵਾ ਮੁਕਤ ਨਹੀਂ, ਮਤਲਬ ਕਿ ਇੱਕ ਪੰਜਾਬੀ 'ਚ ਗੱਲ ਕਹਿ ਦਿਓ ਕਿ ਬੰਦਾ ਗੁਰਦੁਆਰੇ 'ਚੋਂ ਗ੍ਰੰਥੀ ਨੂੰ ਕੱਢ ਦਿੱਤਾ। ਮੈਨੂੰ ਮਤਲਬ ਕਿ ਇਸ ਗੁਰਦੁਆਰਾ ਸਾਹਿਬ 'ਚੋਂ ਜਦੋਂ ਕੱਢਿਆ ਗਿਆ ਵਾ, ਤੇ ਇੱਕ ਮੇਰੇ ਗੁਰਦੁਆਰੇ 'ਚੋਂ ਕੱਢਣ ਦਾ ਕਾਰਨ ਕੀ ਹੈ, ਕਿਉਂ ਕੱਢਿਆ ਗਿਆ ਤੁਹਾਨੂੰ ਗੁਰਦੁਆਰੇ ਦੇ ਵਿੱਚੋਂ? ਜੇਕਰ ਤੁਸੀਂ ਸੇਵਾ ਨਿਭਾ ਰਹੇ ਸੀ, ਜੇਕਰ ਦਿਲੋਂ ਤੁਸੀਂ ਪ੍ਰਚਾਰ ਪ੍ਰਸਾਰ ਦੇ ਵਿੱਚ ਜੁਟੇ ਹੋਏ ਸੀ, ਤਾਂ ਤੁਹਾਨੂੰ ਗੁਰਦੁਆਰੇ ਦੇ ਵਿੱਚੋਂ ਕਿਉਂ ਕੱਢਿਆ ਗਿਆ? ਕਮੇਟੀ ਨੇ ਕੀ ਕਹਿ ਕੇ ਕੱਢਿਆ? ਜੀ ਜੀ ਪ੍ਰੀਤ ਜੀ, ਮੈਂ ਪੂਰੀ ਮੁੱਦੇ ਦੀ ਗੱਲ ਤੁਹਾਡੇ ਨਾਲ ਕਰਨ ਲੱਗਿਆ ਕਿ ਮੈਂ 12-13 ਸਾਲਾਂ ਤੋਂ ਸੇਵਾ ਕਰ ਰਿਹਾ ਔਰ ਇੱਥੇ ਮੈਂ ਲਗਾਤਾਰ 3 ਸਾਲ ਤੋਂ ਸੇਵਾ ਨਿਭਾ ਰਿਹਾ ਸੀ ਜੀ। ਹੁਣ ਕੱਢਣ ਦਾ ਜਿਹੜਾ ਕਾਰਨ ਹੈ, ਉਹ ਨਾ ਤਾਂ ਸੰਗਤ ਨੂੰ ਕਮੇਟੀ ਨੇ ਦੱਸਿਆ ਹੈਗਾ, ਨਾ ਹੀ ਮੈਨੂੰ ਦੱਸਿਆ, ਔਰ ਜਿਹੜੇ ਕਾਰਨ ਦੱਸੇ ਗਏ ਆ ਉਹ ਕਾਰਨ ਮੈਂ ਤੁਹਾਨੂੰ ਦੱਸ ਦਿੰਦਾ ਜੀ। ਕੀ ਪਹਿਲਾ ਕਾਰਨ ਇਹ ਆ ਕਿ ਮੈਂ ਗੁਰਦੁਆਰਾ ਸਾਹਿਬ ਦੇ ਵਿੱਚ ਬਤੌਰ ਇੱਕ ਪ੍ਰਚਾਰਕ ਗ੍ਰੰਥੀ ਪਲੱਸ ਸੇਵਾ ਨਿਭਾ ਰਿਹਾ ਜੀ। ਮੇਰੇ ਉੱਤੇ ਸਭ ਤੋਂ ਪਹਿਲਾ ਇਲਜ਼ਾਮ ਇਹ ਲਾਇਆ ਗਿਆ ਕਿ ਇਹ ਬੰਦਾ ਡਾਲੀ ਨਹੀਂ ਕਰਦਾ। ਡਾਲੀ ਮਤਲਬ ਗਜ਼ਾ ਕਰਨਾ, ਲੋਕਾਂ ਤੋਂ ਰੋਟੀਆਂ ਮੰਗ ਕੇ ਲੈ ਕੇ ਆਉਣੀ। ਮੈਂ ਇਸ ਪੁਆਇੰਟ ਤੇ ਅੜਿਆ ਸੀ ਕਿ ਜੀ ਅਸੀਂ ਮਿਹਨਤਾਂ ਕੀਤੀਆਂ ਨੇ, ਅਸੀਂ ਗੁਰੂ ਦੀ ਬਾਣੀ ਨੂੰ ਪੜ੍ਹਿਆ ਹੈ, ਅਸੀਂ ਗੁਰੂ ਦੇ ਸਿਧਾਂਤਾਂ ਨੂੰ ਪੜ੍ਹਿਆ ਹੈ, ਜੋ ਗ੍ਰੰਥੀ ਸਿੰਘ ਦਾ ਰੁਤਬਾ ਜਾਂ ਜੋ ਗ੍ਰੰਥੀ ਸਿੰਘ ਦੇ ਕਰਨ ਵਾਲੇ ਕੰਮ ਹੁੰਦੇ ਨੇ ਜੀ, ਤੁਸੀਂ ਮੇਰੇ ਤੋਂ ਉਹ ਕੰਮ ਲਓ। ਡਾਲੀ ਵਾਸਤੇ ਤੁਸੀਂ ਆਪਣਾ ਬੰਦਾ ਲਾਓ, ਡਾਲੀ ਕਰਨ ਵਾਸਤੇ ਜੀ ਤੁਸੀਂ ਮੈਨੂੰ ਰੱਖਿਆ, ਤਾਂ ਇਹਦਾ ਮਤਲਬ ਤੁਹਾਨੂੰ ਇੱਥੇ ਗ੍ਰੰਥੀ ਸਿੰਘ ਗੁਰਮਤ ਵਾਲਾ ਨਹੀਂ, ਗਿਆਨ ਦੇਣ ਵਾਲਾ ਨਹੀਂ, ਬਲਕਿ ਇੱਕ ਡਾਲੀ ਲਿਆ ਕੇ ਦੁੱਧ ਵਿੱਚ ਪੱਤੀਆਂ ਪਾ ਕੇ ਪਿਉਣ ਵਾਲਾ ਚਾਹੀਦਾ, ਗ੍ਰਹਿ ਕਰਨ ਵਾਲਾ ਚਾਹੀਦਾ। ਇਸ ਕਰਕੇ ਹਾਂਜੀ ਵੀ ਸੇਵਾ ਕਰਨ ਵਾਲਾ ਚਾਹੀਦਾ। ਜਦੋਂ ਇਹ ਗੱਲਾਂ ਮੇਰੇ ਨਾਲ ਹੋਈਆਂ ਨੇ, ਤਾਂ ਮੈਂ ਇੱਥੋਂ ਲਗਾਤਾਰ 3 ਸਾਲ ਤੋਂ ਸੇਵਾ ਨਿਭਾ ਰਿਹਾ। ਹੁਣ ਇਹਨਾਂ ਨੇ ਮੈਨੂੰ ਗੁਰਦੁਆਰਾ ਸਾਹਿਬ ਦੇ ਵਿੱਚੋਂ ਕੱਢ ਦਿੱਤਾ। ਹੁਣ ਗੁਰਦੁਆਰਾ ਸਾਹਿਬ ਦੇ ਵਿੱਚ ਜਦੋਂ ਕੱਢੇ ਜਾਣ ਦੀ ਸਥਿਤੀ ਹੈਗੀ, ਇਹ ਲਗਭਗ 1 ਸਾਲ ਤੋਂ ਪ੍ਰੋਸੈਸ ਚੱਲ ਰਿਹਾ ਸੀ ਜੀ। ਔਰ ਜਿਹੜਾ ਉਹ ਪ੍ਰੋਸੈਸ ਚੱਲ ਰਿਹਾ ਸੀ ਉਹ ਬੜਾ ਕਮੀਨਾ ਪ੍ਰੋਸੈਸ ਸੀ। ਉਹ ਏਦਾਂ ਸੀਗਾ ਵੀ ਮੇਰੇ ਕੋਲੇ ਗੱਲ ਕੁਝ ਹੋਰ ਕਹਿਣੀ, ਅੱਗੇ ਕਿਤੇ ਗੱਲ ਕੁਝ ਹੋਰ ਕਹਿਣੀ, ਗਾਂਹ ਕਿਸੇ ਹੋਰ ਨੂੰ ਕੁਝ ਹੋਰ ਕਹਿਣੀ, ਤੇ ਮੇਰੇ ਸਾਹਮਣੇ ਲੋਕਾਂ ਨੂੰ ਬੁਰੇ ਬਣਾਉਣਾ ਸ਼ੁਰੂ ਕੀਤਾ। ਕਿੱਦਾਂ ਕਿ ਜਗਦੀਪ ਸਿੰਘ ਜੀ ਵੀ ਤੁਹਾਡੇ ਤੋਂ ਲੋਕੀ ਪ੍ਰਚਾਰ ਨੀ ਕਰਾਉਣਾ ਚਾਹੁੰਦੇ, ਤੁਹਾਡੇ ਤੋਂ ਲੋਕੀ ਪਾਠ ਨੀ ਕਰਾਉਣਾ ਚਾਹੁੰਦੇ, ਤੁਸੀਂ ਜਿਹੜਾ ਹੈਗਾ ਵੀ ਨਹੀਂ ਕਰਦੇ ਹੈਗੇ, ਜਾਂ ਤੁਸੀਂ ਇਹ ਤੁਹਾਨੂੰ ਲਾਇਕ ਨਹੀਂ ਕਰਦੇ ਹੈਗੇ ਲੋਕ,
ਤਾਂ ਜਦੋਂ ਮਤਲਬ ਕਿ ਕੋਈ ਪ੍ਰੋਗਰਾਮ ਹੋਣਾ ਉਦੋਂ ਇਹਨਾਂ ਨੇ ਬਾਹਰੋਂ ਕੋਈ ਬੰਦਾ ਬੁਲਾ ਲੈਣਾ। ਇਹ ਕਹਿ ਲਓ ਕਿ ਪੰਜਾਬੀ ਵਿੱਚ ਜਦੋਂ ਚਾਰ ਪੈਸੇ ਕਮਾਉਣ ਦੀ ਹੁੰਦੀ ਸੀ, ਆਸ ਹੁੰਦੀ ਸੀ ਵੀ ਚਾਰ ਪੈਸੇ ਹੋਣਗੇ, ਭੋਗ ਤੇ ਪ੍ਰੋਗਰਾਮ ਹੈਗਾ ਜਾਂ ਕੋਈ ਅਖੰਡ ਪਾਠ ਹੈ ਸਹਿਜ ਪਾਠ, ਉਦੋਂ ਬੰਦਾ ਬਾਹਰੋਂ ਲੈ ਆਉਣਾ। ਤਾਂ ਕੀ ਹੈ ਵੀ ਮੈਨੂੰ ਅੰਦਰੋਂ ਅੰਦਰੀ ਉਹ ਕਹਿੰਦੇ ਨੇ ਵੀ ਇਹ ਬੰਦੇ ਨੂੰ ਜਦੋਂ ਤੁਸੀਂ ਬਾਹਰ ਕੱਢਣਾ ਹੋਵੇ, ਆਰਥਿਕ ਹਾਲਾਤ ਉਹਦੇ ਕਮਜ਼ੋਰ ਕਰਦੇ ਹੋ, ਡਾਇਰੈਕਟਲੀ ਇਨਡਾਇਰੈਕਟਲੀ ਤੁਹਾਨੂੰ ਆਰਥਿਕ ਪੱਖੋਂ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਤੁਹਾਨੂੰ ਕਮਜ਼ੋਰ ਕੀਤਾ ਜਾ ਰਿਹਾ ਸੀ। ਬਿਲਕੁਲ, ਆਰਥਿਕ ਪੱਖ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਗਈ ਵੀ ਇਹਨੂੰ ਆਰਥਿਕ ਪੱਖ ਤੋਂ ਕਮਜ਼ੋਰ ਕਰ ਦਿਓ। ਔਰ ਇਸ ਗੱਲ ਦਾ ਲੋਕਾਂ ਨੂੰ ਨਹੀਂ ਸੀ ਪਤਾ, ਮੈਨੂੰ ਪਤਾ ਲੱਗਣ ਲੱਗ ਗਿਆ ਸੀ, ਪਰ ਮੈਂ ਕੁਝ ਕਹਿ ਨਹੀਂ ਸੀ ਸਕਦਾ। ਜਦੋਂ ਮੈਂ ਲੋਕਾਂ ਨੂੰ ਕਹਿੰਦਾ ਸੀ ਤਾਂ ਇਹਨਾਂ ਦਾ ਜਵਾਬ ਹੁੰਦਾ ਸੀ ਵੀ ਲੋਕ ਨਹੀਂ ਮੰਨਦੇ, ਲੋਕ ਇਹ ਗੱਲ ਕਹਿੰਦੇ ਨੇ। ਇੱਕ ਚੀਜ਼ ਦਾ ਮੈਂ ਜ਼ਰੂਰ ਜਾਣਨੀ ਚਾਹਾਂਗਾ ਕਿ ਤੁਹਾਡੇ ਗੁਰਦੁਆਰੇ ਦੀ ਜਿਹੜੀ ਵੀ ਪ੍ਰਬੰਧਕ ਕਮੇਟੀ ਹੈ ਪਿੰਡ ਦੀ, ਉਹ ਕਿੰਨੀ ਕੀ ਗਿਆਨਵਾਨ ਹੈ, ਉਹਨਾਂ ਨੂੰ ਗੁਰਮਤ ਦਾ ਕਿੰਨਾ ਕੀ ਗਿਆਨ ਹੈ, ਜਾਂ ਉਹ ਇੰਨੇ ਕਿੰਨੇ ਕੀ ਗਿਆਨੀ ਨੇ ਜਿਹਨਾਂ ਨੂੰ ਪਤਾ ਹੈ ਕਿ ਤੁਸੀਂ ਸਹੀ ਪ੍ਰਚਾਰ ਕਰਦੇ ਹੋ, ਪ੍ਰਸਾਰ ਕਰਦੇ ਹੋ, ਨਹੀਂ ਕਰਦੇ? ਸੰਗਤ ਨੂੰ ਫਿਲਹਾਲ ਅਸੀਂ ਇੱਕ ਪਾਸੇ ਰੱਖ ਲੈਂਦੇ ਹਾਂ, ਅਸੀਂ ਸਿਰਫ ਤੁਹਾਡੀ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਬਾਰੇ ਜ਼ਰੂਰ ਜਾਣਨਾ ਚਾਹਾਂਗੇ, ਸੰਗਤ ਵੀ ਜਾਣਨਾ ਚਾਹੇਗੀ ਕਿ ਉਹ ਕਿੰਨੇ ਕੀ ਗਿਆਨਵਾਨ ਨੇ। ਅੱਛਾ ਜੀ, ਮੈਂ ਉਹਨਾਂ ਬਾਰੇ ਇੱਕੋ ਗੱਲ ਕਹਿ ਸਕਦਾ ਕਿ 99% ਉਹ ਬੰਦੇ ਗੁਰਮਤ ਬਾਰੇ ਕੱਖ ਨਹੀਂ ਜਾਣਦੇ, 99% ਗੁਰਮਤ ਬਾਰੇ ਉਹਨਾਂ ਨੂੰ ਕੱਖ ਨਹੀਂ ਪਤਾ। ਉਹ ਦੇਖੋ, ਇਹ ਜਿਵੇਂ ਉਹਨਾਂ ਗਿਆਨੀ ਇਕਬਾਲ ਸਿੰਘ ਜੀ ਦੇ ਨਾਲ ਹੋਇਆ ਵਾ, ਜਾਂ ਹੋਰ ਪਹਿਲਾਂ ਜਥੇਦਾਰਾਂ ਦੇ ਨਾਲ ਹੋਇਆ ਵਾ, ਜਾਂ ਜਿਹੜੇ ਚੰਗੇ ਸੂਝਵਾਨ ਪ੍ਰਚਾਰਕ ਜਿਵੇਂ ਰਣਜੀਤ ਸਿੰਘ ਢੱਡੀਆਂ ਵਾਲੇ ਹੋਏ ਆ, ਪੰਥਪ੍ਰੀਤ ਸਿੰਘ ਜੀ ਹੋਏ ਆ, ਜਾਂ ਧੁੰਦਾ ਜੀ ਹੋਏ ਆ, ਜੋ ਹਾਲਾਤ ਇਹਨਾਂ ਦੇ ਨਾਲ ਵੱਡੇ ਪੱਧਰ ਤੇ ਵਾਪਰਦੇ ਆ, ਉਹੀ ਹਾਲਾਤ ਛੋਟੇ ਪੱਧਰ ਤੇ ਮੇਰੇ ਨਾਲ ਜਾਂ ਮੇਰੇ ਵਰਗੇ ਹਜ਼ਾਰਾਂ ਹੀ ਉਹ ਬੰਦੇ ਗੁਰਦੁਆਰਿਆਂ ਚ ਬੈਠੇ ਜਿਹੜੇ ਹੈਗੇ ਆ ਉਹਨਾਂ ਨਾਲ ਵਾਪਰ ਰਹੇ ਆ, ਜਿਹੜੇ ਆਰਥਿਕ ਅਤੇ ਮਾਨਸਿਕ ਪੀੜਾ ਦਾ ਸ਼ਿਕਾਰ ਹੋ ਰਹੇ ਆ। ਉਹਦੇ ਵਿੱਚ ਮੈਂ ਤੁਹਾਨੂੰ ਦੱਸ ਰਿਹਾ, ਜਿਵੇਂ ਮਤਲਬ ਇਹ ਜੇ ਆਪਾਂ ਪ੍ਰਬੰਧਕ ਕਮੇਟੀਆਂ ਦੀ ਗੱਲ ਕਰੀਏ ਤਾਂ ਮੈਂ ਇਸ ਗੱਲ ਨੂੰ ਦਾਅਵੇ ਨਾਲ ਗੱਲ ਕਰਦਾ ਕਿ 99% ਇੱਕ ਤਾਂ ਗੁਰਮੁਖ ਤੋਂ ਪੂਰੇ ਨੇ, ਕੁੱਝ ਬੰਦੇ ਨਸ਼ਾ ਕਰਦੇ ਨੇ, ਕੁੱਝ ਬੰਦੇ ਕਲੀਨ ਸ਼ੇਵ ਨੇ, ਜਾਂ ਇਹ ਇੱਦਾਂ ਜੇ ਆਪਾਂ ਉਹਨਾਂ ਨੇ ਇਹ ਵੀ ਪੁੱਛ ਲਈਏ ਨਾ ਵੀ ਆਪਾਂ ਰੋਜ਼ਾਨਾ ਇੱਕ ਦੋਹਰਾ ਪੜ੍ਹਦੇ ਹਾਂ, ਤੂੰ ਠਾਕੁਰ ਤੂੰ ਪਹਿ ਅਰਦਾਸ ਜੀਓ ਪਿੰਡ ਸਭ ਤੇਰੀ ਰਾਸ, ਇਹ ਕਿੱਥੇ ਲਿਖਿਆ, ਉਹਨਾਂ ਨੂੰ ਇਹ ਵੀ ਨਹੀਂ ਪਤਾ। ਗੁਰਦੁਆਰੇ ਦੀ ਜਿਹੜੀ ਤੁਹਾਡੀ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਹੈ ਉਹਦੀ ਗੱਲ ਕਰ ਰਹੇ ਹੋ ਕਿ ਉਹਦੇ ਮੈਂਬਰ ਅਜਿਹੀ ਹਾਲਤ ਦੇ ਵਿੱਚ ਨੇ? ਬਿਲਕੁਲ ਬਿਲਕੁਲ ਬਿਲਕੁਲ, ਇਹ ਇੱਥੇ ਹੀ ਨਹੀਂ, ਤਕਰੀਬਨ ਪੰਜਾਬ ਦੇ ਹਰ ਇੱਕ ਜਗ੍ਹਾ ਤੇ। ਦੇਖੋ, ਜਦੋਂ ਅਸੀਂ ਵੱਡੇ ਪੱਧਰ ਤੇ ਦੇਖਦੇ ਹਾਂ, ਝਾਤੀ ਮਾਰਦੇ ਹਾਂ, ਤਾਂ ਵੱਡੇ ਪੱਧਰ ਤੇ ਵੀ ਰਾਜਨੀਤੀ ਜਿਹੜੀ ਹੈਗੀ ਗੁਰਦੁਆਰਿਆਂ ਚ ਜਿਹੜੀ ਘੁਸਪੈਠ ਕਰ ਚੁੱਕੀ ਆ, ਛੋਟੇ ਪੱਧਰ ਤੇ ਵੀ ਰਾਜਨੀਤੀ ਘੁਸਪੈਠ ਕਰ ਚੁੱਕੀ ਆ। ਇੱਕ ਮੈਂ ਇੱਥੇ ਹੁਣ ਪ੍ਰਚਾਰਕਾਂ ਨੂੰ ਥੋੜਾ ਜਿਹਾ ਲੱਕੋ ਲੈਣਾ ਚਾਹੁੰਦਾ, ਜਿਹੜੇ ਸਾਡੇ ਵੱਡੇ ਸਿਰਮੌਰ ਪ੍ਰਚਾਰਕ ਘੁਮਾਉਂਦੇ ਆ, ਕੁਛ ਜਿਨ੍ਹਾਂ ਨੂੰ ਮੈਂ ਨੇੜਿਓਂ ਜਾਣਦਾ, ਉਹ ਪ੍ਰਚਾਰਕ ਵੀ ਕਿਤੇ ਨਾ ਕਿਤੇ ਪ੍ਰਬੰਧਕ ਕਮੇਟੀਆਂ ਦੀ ਹੀ ਚਾਪਲੂਸੀ ਕਰਨ ਵਿੱਚ ਲੱਗੇ ਹੋਏ ਆ। ਉਹਦਾ ਇੱਕੋ ਇੱਕ ਕਾਰਨ ਕੀ ਆ, ਜਦੋਂ ਅਸੀਂ ਉਹਨਾਂ ਨੂੰ ਸਟੇਜਾਂ ਤੇ ਬੋਲਦੇ ਦੇਖ ਰਹੇ ਹਾਂ, ਬਾਦਲ ਦੇ ਖਿਲਾਫ਼ ਬੋਲਦੇ ਨੇ, ਉਹ ਮੋਦੀ ਦੇ ਖਿਲਾਫ਼ ਬੋਲਦੇ ਨੇ, ਉਹ ਮਤਲਬ ਕਿ ਹਰ ਇੱਕ ਵੱਡੀ ਹਸਤੀ ਦੇ ਖਿਲਾਫ਼ ਬੋਲਦੇ ਨੇ, ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕ ਢਾਂਚਿਆਂ ਦੇ ਖਿਲਾਫ਼ ਬੋਲਦੇ ਨੇ ਜੀ, ਪਰ ਉਹ ਲੋਕ ਆਪਣੇ ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਦੇ ਖਿਲਾਫ਼ ਕਿਉਂ ਨਹੀਂ ਬੋਲਦੇ? ਕਾਰਨ ਕੀ ਆ? ਕਾਰਨ ਇਹ ਹੈ ਕਿ ਉਹਨਾਂ ਪ੍ਰਚਾਰਕਾਂ ਨੂੰ ਇਸ ਗੱਲ ਦਾ ਪਤਾ ਹੈ, ਨਾ ਤਾਂ ਸਾਨੂੰ ਮੋਦੀ ਨੇ ਪ੍ਰਚਾਰ ਕਰਾਉਣਾ, ਨਾ ਸਾਡੇ ਤੋਂ ਬਾਦਲ ਨੇ ਪ੍ਰਚਾਰ ਕਰਾਉਣਾ, ਨਾ ਸਾਨੂੰ ਸ਼੍ਰੋਮਣੀ ਕਮੇਟੀ ਨੇ ਪ੍ਰਚਾਰ ਕਰਾਉਣਾ, ਸਾਨੂੰ ਕੋਈ ਪ੍ਰੋਗਰਾਮ ਨਹੀਂ ਦੇਣਾ, ਸਾਨੂੰ ਕੋਈ ਸਟੇਜ ਨਹੀਂ ਦੇਣੀ। ਉਹਨਾਂ ਦੇ ਖਿਲਾਫ਼ ਬੋਲ ਬੋਲ ਕੇ ਲੋਕਾਂ ਨੂੰ ਮਤਲਬ ਕਿ ਗੁੰਮਰਾਹ ਕਰਕੇ ਪੈਸੇ ਕਮਾਉਣ ਤੱਕ ਸੀਮਿਤ ਹੋ ਗਏ। ਅੱਛਾ, ਇਹ ਤਾਂ ਹੈਗੇ ਵੱਡੇ ਵੱਡੇ ਜਿਹੜੇ ਮਸਲੇ, ਵੱਡੇ ਬਾਦਲ ਹੋ ਗਏ, ਵੱਡੀ ਸਰਕਾਰ ਹੋ ਗਈ, ਵੱਡੀ ਸ਼੍ਰੋਮਣੀ ਕਮੇਟੀ ਹੋ ਗਈ, ਜਿਹੜੇ ਛੋਟੇ ਪੱਧਰ ਤੇ ਨਿੱਕੇ ਨਿੱਕੇ ਬਾਦਲ ਪਿੰਡ ਪਿੰਡ ਫਿਰਦੇ ਨੇ, ਨਿੱਕੇ ਨਿੱਕੇ ਕੈਪਟਨ ਪਿੰਡ ਪਿੰਡ ਫਿਰਦੇ ਨੇ, ਜਿਹੜੇ ਸਵਾਂ ਖਾ ਖਾ ਕੇ ਮੁੱਕਰਦੇ ਨੇ, ਇਹਨਾਂ ਬਾਦਲਾਂ ਨੂੰ ਜਾਂ ਇਹਨਾਂ
ਇਹਨਾਂ ਕੈਪਟਨਾਂ ਨੂੰ ਨਸ ਕੌਣ ਪਾਊਗਾ, ਇਹਨਾਂ ਦੇ ਖਿਲਾਫ਼ ਕੌਣ ਬੋਲੂਗਾ, ਇਹਨਾਂ ਦੇ ਖਿਲਾਫ਼ ਸਾਡੀ ਸਿਰਮੌਰ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਸ਼੍ਰੋਮਣੀ ਜਿਹੜੀ ਆਪਣਾ ਹੋਰ ਜਿਹੜੀਆਂ ਸਾਡੀਆਂ ਜਥੇਬੰਦੀਆਂ ਸਤਿਕਾਰ ਕਮੇਟੀਆਂ ਨੇ, ਇਹ ਕਿੱਦੇ ਕੋਈ ਨਾ ਕੋਈ ਕਿੱਦੇ ਮਤਲਬ ਇਹ ਕੋਈ ਏਦਾਂ ਦਾ ਸਟੈਪ ਚੁੱਕਣਗੀਆਂ ਵੀ ਇਹਨਾਂ ਨੂੰ ਆਪਾਂ ਨੱਥ ਪਾ ਸਕੀਏ। ਦੇਖੋ ਇੱਕ ਗੱਲ ਹੋਰ ਹੈ, ਗੁਰਦੁਆਰੇ ਦੇ ਵਿੱਚ ਕਹਿੰਦੇ ਵੀ ਗ੍ਰੰਥੀ ਇੱਜ਼ਤਦਾਰ ਹੋਣਾ ਚਾਹੀਦਾ, ਪ੍ਰਬੰਧਕ ਬੜਾ ਸਿਰੇ ਦਾ ਲੁੱਚਾ ਹੋਵੇ ਕੋਈ ਗੱਲ ਨੀ, ਉਹ ਚੱਲ ਜਾਂਦਾ, ਠੀਕ ਹੈ। ਅਭੀ ਨਾਲ ਗੱਲ ਮੈਂ ਇਹ ਵੀ ਕਰਨੀ ਚਾਹਾਂਗਾ, ਗੁਰਦੁਆਰੇ ਅਸੀਂ ਮੈਂ ਹੁਣ 12 ਸਾਲ ਮਿਹਨਤ ਕੀਤੀ ਆ, ਮੈਂ ਹੁਣ ਪੜ੍ਹਾਈ ਕੀਤੀ ਆ, ਜੇ ਮੈਂ ਹੁਣ ਵੀ ਲੋਕਾਂ ਨੂੰ ਡਾਲੀ ਲਿਆ ਕੇ ਰੋਟੀਆਂ ਖਵਾਉਣੀਆਂ ਵਾਂ ਤਾਂ ਫਿਰ ਸਾਨੂੰ ਮਿਹਨਤਾਂ ਕਰਨ ਦਾ ਕੀ ਫਾਇਦਾ। ਅਗਲੀ ਗੱਲ, ਅਸੀਂ ਸਿੱਖ ਰਹਿਤ ਮਰਿਆਦਾ ਦੀ ਗੱਲ ਕਰਦੇ ਹਾਂ, ਗੁਰ ਸਿਧਾਂਤ ਦੀ ਗੱਲ ਕਰਦੇ ਹਾਂ, ਜਿਹੜੀਆਂ ਕਮੇਟੀਆਂ ਨਾ ਤਾਂ ਸਿੱਖ ਰਹਿਤ ਮਰਿਆਦਾ ਬਾਰੇ ਕੁੱਝ ਜਾਣਦੀਆਂ ਨੇ ਨਾ ਗੁਰੂ ਸਿਧਾਂਤਾਂ ਬਾਰੇ ਕੁੱਝ ਜਾਣਦੀਆਂ ਨੇ, ਕਿ ਉਹ ਸਾਡੇ ਤੋਂ ਕੋਈ ਗੱਲ ਸੁਣਨਗੀਆਂ? ਜੇ ਉਹ ਸਾਡੇ ਤੋਂ ਗੱਲ ਨਹੀਂ ਸੁਣਨਗੀਆਂ ਤਾਂ ਕੀ ਉਹ ਸਾਡਾ ਕਦੇ ਸਹਿਯੋਗ ਦੇਣਗੇ? ਜੇ ਉਹ ਸਹਿਯੋਗ ਨਹੀਂ ਦੇਣਗੇ ਤਾਂ ਫਿਰ ਇੱਥੇ ਇੱਕੋ ਹੀ ਹੱਲ ਹੈ, ਗੁਰਦੁਆਰਿਆਂ ਦੇ ਗ੍ਰੰਥੀਆਂ ਨੂੰ ਕੁੱਟਣ ਵਾਸਤੇ ਤਾਂ ਬਹੁਤ ਲੋਕ ਖੜੇ ਹੋ ਜਾਣਗੇ, ਪਰੰਤੂ ਕਿਸੇ ਨੇ ਜਿਨ੍ਹਾਂ ਨੇ ਗ੍ਰੰਥੀ ਕੁੱਟੇ ਆ ਉਹਨਾਂ ਨੇ ਕਦੇ ਪ੍ਰਬੰਧਕ ਕੁੱਟ ਕੇ ਵੇਖਿਆ ਕੋਈ? ਕਿਉਂ? ਕਿਉਂਕਿ ਉਹਨਾਂ ਤੋਂ ਉਹਨਾਂ ਨੂੰ ਮਾਇਆ ਮਿਲਣੀ ਆ, ਉਹਨਾਂ ਤੋਂ ਲਿਫਾਫੇ ਮਿਲਣੇ ਆ, ਅਸੀਂ ਇੱਕੋ ਹੀ ਚੀਜ਼ ਜਾਣਦੇ ਹਾਂ, ਚਾਹੇ ਗੁਰੂ ਘਰ ਦੇ ਢਾਂਚੇ ਨਾਲ ਜੁੜਿਆ ਹੋਇਆ ਪ੍ਰਧਾਨ ਹੋਵੇ ਜਾਂ ਜਥੇਦਾਰ ਹੋਵੇ, ਉਸਦਾ ਅਸਤਿਤਵ ਬਿਲਕੁਲ ਕਲੀਅਰ ਤੇ ਸਾਫ਼ ਹੋਣਾ ਚਾਹੀਦਾ ਹੈ, ਸੱਚਾ ਸੁੱਚਾ ਆਚਰਣ ਹੋਣਾ ਚਾਹੀਦਾ। ਜੇਕਰ ਉਹ ਦਾਗਦਾਰ ਹੈ ਤਾਂ ਉਹ ਹੱਕਦਾਰ ਨਹੀਂ ਉਸ ਪ੍ਰਬੰਧਕੀ ਢਾਂਚੇ ਦੇ ਵਿੱਚ ਰਹਿਣ ਦਾ। ਜੇਕਰ ਸਾਡੀਆਂ ਸਰਮੋਰ ਜਥੇਬੰਦੀਆਂ ਅੱਖਾਂ ਦੇ ਵਿੱਚ ਦੇਖਦਿਆਂ ਘੱਟਾ ਪਵਾਉਂਦੀਆਂ ਨੇ ਅਤੇ ਜਾਣ ਬੁੱਝ ਕੇ ਅਜਿਹੇ ਪ੍ਰਬੰਧਕ ਛੱਡਦੀਆਂ ਨੇ, ਤਾਂ ਕਿਤੇ ਨਾ ਕਿਤੇ ਸਿਰਫ ਤੁਹਾਡੇ ਪਿੰਡ ਦੇ ਗੁਰਦੁਆਰੇ ਦੀ ਗੱਲ ਨਹੀਂ, ਪੂਰੇ ਦੇ ਪੂਰੇ ਪੰਜਾਬ ਦੇ ਗੁਰੂ ਘਰਾਂ ਦੇ ਵਿੱਚ ਧਾਰਮਿਕ ਤੌਰ ਦੇ ਉੱਤੇ ਪੂਰੀ ਕੌਮ ਨੂੰ ਢਾਹ ਲਾਈ ਜਾ ਰਹੀ ਹੈ, ਜਿਸ ਨੂੰ ਨੱਥ ਪਾਣੀ ਬਹੁਤ ਜ਼ਰੂਰੀ ਹੈ। ਕਿਉਂਕਿ ਮੈਨੂੰ ਤੁਹਾਡੇ ਬਾਰੇ ਇੱਕ ਹੋਰ ਚੀਜ਼ ਪਤਾ ਲੱਗੀ ਸੀ ਜਿਸ ਨਾਲ ਮੇਰਾ ਦਿਲ ਬਹੁਤ ਦੁਖਿਆ ਸੀ, ਜਿਸ ਕਰਕੇ ਮੈਂ ਤੁਹਾਨੂੰ ਸੰਪਰਕ ਕੀਤਾ ਹੈ ਕਿ ਤੁਸੀਂ ਇੱਥੇ ਤੱਕ ਸੋਚ ਲਿਆ ਸੀ ਕਿ ਮੈਂ ਅੰਮ੍ਰਿਤ ਤਿਆਗ ਦੇਣਾ ਹੈ, ਮੈਂ ਕਕਾਰ ਲਾ ਕੇ SGPC ਦੇ ਮੈਂਬਰ ਬੁਲਾ ਕੇ ਉਹਨਾਂ ਨੂੰ ਕਹਿ ਦੇਣਾ ਹੈ ਕਿ ਮੈਂ ਬਹੁਤ ਸਾਲ ਸੇਵਾ ਕਰ ਲਈ, ਜੇਕਰ ਤੁਸੀਂ ਪੰਥ ਦੇ ਜਿਹੜੇ ਦਰਦ ਰੱਖਣ ਵਾਲੇ ਹੈ ਨੇ, ਜਿਹੜੇ ਸੱਚੇ ਦਿਲੋਂ ਪ੍ਰਚਾਰ ਪ੍ਰਸਾਰ ਕਰਦੇ ਨੇ, ਜੇਕਰ ਤੁਸੀਂ ਉਹਨਾਂ ਨੂੰ ਨਹੀਂ ਸਾਂਭ ਸਕਦੇ ਤਾਂ ਫਿਰ ਅਸੀਂ ਇਸ ਧਰਮ ਤੋਂ ਹੀ ਕਿਨਾਰਾ ਕਰ ਲੈਂਦੇ ਹਾਂ। ਪਰ ਅਸੀਂ ਇਹੀ ਕਹਾਂਗੇ ਕਿ ਸਾਡੇ ਗੁਰਾਂ ਨੇ ਸਿਰਫ ਇੱਕੋ ਚੀਜ਼ ਸਿਖਾਈ ਹੈ, ਜ਼ੁਲਮ ਦੇ ਨਾਲ ਲੜਨਾ, ਤੇ ਇਹ ਸਾਨੂੰ ਕਦੀ ਸਿਧਾਂਤ ਭੁੱਲਣਾ ਨਹੀਂ ਚਾਹੀਦਾ। ਜੀ ਦੇਖੋ ਪ੍ਰੀਤ ਜੀ, ਇਸ ਸੰਬੰਧ ਵਿੱਚ ਮੈਂ ਤੁਹਾਨੂੰ ਇਹ ਗੱਲ ਕਹਿਣੀ ਚਾਹਾਂਗਾ ਕਿ ਠੀਕ ਆ, ਮੇਰੇ ਮਨ ਦੇ ਅੰਦਰ ਇਹ ਖਿਆਲ ਆਇਆ, ਪਰ ਮੈਨੂੰ ਮੇਰੇ ਗੁਰੂ ਦੀ ਸਿੱਖੀ ਪਿਆਰੀ ਆ। ਬਿਲਕੁਲ ਜੀ, ਮੈਨੂੰ ਮੇਰੇ ਗੁਰੂ ਦੀ ਸਿੱਖੀ ਪਿਆਰੀ ਆ। ਮੈਂ ਲੋਕਾਂ ਵੱਲ ਵੇਖ ਕੇ ਨਹੀਂ ਅੰਮ੍ਰਿਤ ਛਕਿਆ, ਮੈਂ ਗੁਰੂ ਵੱਲ ਵੇਖ ਕੇ ਅੰਮ੍ਰਿਤ ਛਕਿਆ। ਪ੍ਰੇਮ ਖੇਡਣ ਕਾ ਚਾਓ ਸਿਰ ਧਰਤਲੀ ਗਲੀ ਮੁਰੀ। ਅਸੀਂ ਜੇ ਲੋਕਾਂ ਨੂੰ ਜੋ ਤਾਂ ਪ੍ਰੇਮ ਖੇਡਣ ਕਾ ਚਾਓ ਦੀ ਗੱਲ ਕਰਦੇ ਹਾਂ ਤਾਂ ਖੁਦ ਵੀ ਇਸ ਮੁੱਦੇ ਉੱਤੇ ਅਸੀਂ ਅਟਲ ਰਹਿਣਾ ਹੈਗਾ, ਇਹ ਸਾਡਾ ਅੰਦਰ ਸਾਡੀ ਆਤਮਾ ਕਹਿੰਦੀ ਆ। ਅੱਛਾ, ਗੱਲ ਇਹ ਆ ਕਿ ਗੁਰਦੁਆਰਿਆਂ ਦੇ ਪ੍ਰਬੰਧਕ ਬਣਾਉਣ ਦੇ ਲਈ ਕੋਈ ਸਾਡੀ ਕਮੇਟੀ ਕੋਲੇ ਕਿਸੇ ਕੋਲੇ ਕੋਈ ਢਾਂਚਾ ਨਹੀਂ ਹੈ, ਨਾ ਕੋਈ ਗ੍ਰੰਥੀਆਂ ਵਾਸਤੇ ਕਾਨੂੰਨ ਲਾਓ ਹੈ, ਨਾ ਪ੍ਰਬੰਧਕਾਂ ਵਾਸਤੇ ਕੋਈ ਕਾਨੂੰਨ ਲਾਓ ਹੈ, ਨਾ ਕੋਈ ਉਹਨਾਂ ਨੂੰ ਕੱਢਣ ਦਾ ਲਾਓ ਹੈ ਤੇ ਨਾ ਉਹਨਾਂ ਨੂੰ ਕੋਈ ਰੱਖਣ ਦਾ ਲਾਓ ਹੈ। ਕੀ ਕਾਰਨ ਹੈ ਕਿ ਸਾਡੀ ਸਾਡੇ ਪਿੰਡਾਂ ਦੀਆਂ ਜਿਹੜੀਆਂ ਪ੍ਰਬੰਧਕ ਕਮੇਟੀਆਂ ਨੇ ਆਪਣੀ ਮਰਜ਼ੀ ਨਾਲ ਆਪਣੀ ਉਹ ਮਰਿਆਦਾ ਚਲਾਈ ਬੈਠੀਆਂ ਨੇ, ਆਪਣੀ ਮਰਜ਼ੀ ਨਾਲ ਜਿਹੜੀ ਗੱਲ ਕਹਿਤੀ ਉਹੀ ਮਰਿਆਦਾ ਬਣ ਜਾਂਦੀ ਹੈ? ਕਿ ਕੋਈ ਏਦਾਂ ਦਾ ਕਾਨੂੰਨ ਬਣੂਗਾ ਗ੍ਰੰਥੀ ਸਿੰਘਾਂ ਵਾਸਤੇ ਕਿ ਭਾਈ ਜੇਕਰ ਕਿਸੇ ਨੇ ਗ੍ਰੰਥੀ ਰੱਖਣਾ ਤੇ ਉਸ ਜਥੇਬੰਦੀ ਤੋਂ ਪੁੱਛ ਕੇ ਰੱਖਿਆ ਜਾਊਗਾ, ਜੇ ਭੇਜਣਾ ਵਾ ਤਾਂ ਉਸ ਜਥੇਬੰਦੀ ਨੂੰ ਪੁੱਛ ਕੇ ਭੇਜਿਆ ਜਾਊਗਾ, ਤਫਤੀਸ਼ ਉਹ ਜਥੇਬੰਦੀ ਕਰੂਗੀ ਕਿ ਗ੍ਰੰਥੀ ਸਿੰਘਾਂ ਦਾ ਕੋਈ ਏਦਾਂ ਦਾ ਪੈਨਲ ਤਿਆਰ ਕੀਤਾ ਜਾ ਸਕਦਾ? ਨਹੀਂ ਹੋ ਰਿਹਾ ਸਾਡੀ ਕੌਮ ਦੇ ਵਿੱਚ। ਕਾਰਨ ਇਹ ਆ ਕਿ ਬੇਰੁਜ਼ਗਾਰੀ ਵੱਧ ਰਹੀ ਹੈ। ਇੱਥੇ ਮੈਂ
ਮਿਸ਼ਨਰੀ ਕਾਲਜਾਂ ਨੂੰ, ਟਕਸਾਲਾਂ ਨੂੰ, ਔਰ ਜਿੱਥੇ ਜਿੱਥੇ ਸਾਡੇ ਗੁਰਮਤਿ ਪ੍ਰਚਾਰ ਜਾਂ ਰਾਗੀ ਢਾਡੀ ਬਣਾਏ ਜਾਂਦੇ ਆ, ਪੜ੍ਹਾਏ ਜਾਂਦੇ ਆ, ਉਹਨਾਂ ਨੂੰ ਨਿਸ਼ਾਨਾ ਬਣਾਉਂਦੇ ਆ। ਇੱਕ ਗੱਲ ਕਹਿਣੀ ਚਾਹੁੰਦਾ ਕਿ ਕਾਲਜਾਂ ਵਾਲਿਓ, ਟਕਸਾਲਾਂ ਵਾਲਿਓ, ਰਾਗੀ ਗ੍ਰੰਥੀ ਪ੍ਰਚਾਰਕ ਬਣਾ ਕੇ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਪੈਦਾ ਨਾ ਕਰੋ, ਕਿਉਂਕਿ ਪੰਜਾਬ ਦੇ ਵਿੱਚ ਆਲਰੇਡੀ ਪਹਿਲਾਂ ਹੀ ਬਹੁਤ ਲੋਕ ਬੇਰੁਜ਼ਗਾਰ ਨੇ। ਆਪਣੇ ਕਾਲਜਾਂ ਨੂੰ ਕਿਸੇ ਮਤਲਬ ਕਿ ਕਿੱਤੇ ਦੇ ਤੌਰ ਤੇ ਵਰਤਣਾ ਸ਼ੁਰੂ ਕਰੋ, ਜਿੱਥੇ ਲੋਕਾਂ ਨੂੰ ਕਿੱਤਾ ਸਿਖਾਇਆ ਜਾਵੇ। ਗੁਰਬਾਣੀ ਦੇ ਪ੍ਰਚਾਰਕ ਬਹੁਤ ਹੋ ਚੁੱਕੇ ਆ, ਇਹ ਪ੍ਰਚਾਰਕਾਂ ਨੂੰ ਤੁਸੀਂ ਪੜ੍ਹਾ ਕੇ ਜਿਨ੍ਹਾਂ ਦੇ ਵੱਸ ਪਾ ਰਹੇ ਹੋ ਉਹਨਾਂ ਲੋਕਾਂ ਨੂੰ ਨੱਟ ਪਾਉਣ ਵਾਸਤੇ ਤੁਹਾਡੇ ਕੋਲੇ ਕੀ ਪਲਾਨ ਆ? ਜੇ ਹੈਗਾ ਤਾਂ ਮੈਨੂੰ ਕੋਈ ਦੱਸ ਸਕਦਾ ਪਲਾਨ? ਕੋਟ ਭਾਈ ਜੀ, ਮੈਂ ਤੁਹਾਡੀ ਗੱਲ, ਕੋਟ ਭਾਈ ਜੀ, ਮੈਂ ਤੁਹਾਡੀ ਗੱਲ ਉਰੇ ਕੱਟਣੀ ਚਾਹਾਂਗਾ। ਮੈਂ ਤੁਹਾਡੀਆਂ ਫੀਲਿੰਗਸ, ਤੁਹਾਡੇ ਇਮੋਸ਼ਨਸ ਬਹੁਤ ਚੰਗੀ ਤਰ੍ਹਾਂ ਸਮਝਦਾ ਆ ਕਿ ਕਿਤੇ ਨਾ ਕਿਤੇ ਤੁਹਾਡੇ ਦਿਲ ਨੂੰ ਢਾਹ ਲੱਗੀ। ਇੰਨੇ ਸਾਲ ਲਗਾਤਾਰ ਸਿੱਖੀ ਦੀ ਸੇਵਾ ਕਰਦਿਆਂ ਕਰਦਿਆਂ ਜਦ ਹੁਣ ਤੁਹਾਨੂੰ ਤੁਹਾਡੇ ਦੋਨੋਂ ਹੱਥ ਖਾਲੀ ਕਰ ਦਿੱਤੇ ਗਏ, ਮੈਨੂੰ ਇਹ ਵੀ ਪਤਾ ਕਿ ਤੁਸੀਂ ਫਾਈਨੈਂਸ਼ਲੀ ਵੀ ਕਾਫੀ ਵੀਕ ਹੋ ਇਸ ਵੇਲੇ, ਅਤੇ ਤੁਹਾਨੂੰ ਆਰਥਿਕ ਤੌਰ 'ਤੇ ਬਹੁਤ ਸਾਰੀਆਂ ਤਕਲੀਫਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਅਤੇ ਤੁਹਾਨੂੰ ਗੁਰੂ ਘਰ ਦੇ ਅੰਦਰ ਤੁਸੀਂ ਰਹਿੰਦੇ ਸੀਗੇ ਅਤੇ ਤੁਹਾਨੂੰ ਉੱਥੋਂ ਵੀ ਕੱਢ ਦਿੱਤਾ ਗਿਆ, ਤੁਸੀਂ ਬਾਹਰ ਸ਼ਿਫਟ ਹੋਏ ਹੋ। ਗੁਰਬਾਣੀ ਅਖੰਡ ਬਾਣੀ ਹਮੇਸ਼ਾ ਤੁਹਾਡੇ ਨਾਲ ਹੈ, ਪੂਰੀ ਟੀਮ ਤੁਹਾਡੇ ਨਾਲ ਹੈ, ਅਤੇ ਜਿੱਥੇ ਵੀ ਤੁਹਾਨੂੰ ਫਾਈਨੈਂਸ਼ੀਅਲ ਸਹਾਇਤਾ ਦੀ ਲੋੜ ਹੋਏਗੀ ਅਸੀਂ ਤੁਹਾਡੇ ਨਾਲ ਖੜ੍ਹੇ ਹਾਂ। ਅਤੇ ਉਮੀਦ ਕਰਦਾ ਕਿ ਇਸ ਵੇਲੇ ਜੋ ਵੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸੰਗਤ ਇਹ ਤੁਹਾਡੀ ਆਵਾਜ਼ ਜਿਹਨਾਂ ਤੱਕ ਪਹੁੰਚ ਰਹੀ ਹੈ ਉਹ ਵੀ ਜੋ ਕੌਮ ਦਾ ਦਰਦ ਅੰਦਰ ਰੱਖਦੇ ਨੇ, ਜਿਹਨਾਂ ਨੂੰ ਚੰਗੇ ਪ੍ਰਚਾਰਕ ਚਾਹੀਦੇ ਨੇ ਕੌਮ ਦੇ ਵਿੱਚ, ਉਹ ਵੀ ਜ਼ਰੂਰ ਤੁਹਾਡੇ ਤੱਕ ਪਹੁੰਚਣਗੇ, ਸੰਪਰਕ ਕਰਨਗੇ, ਨਹੀਂ ਤਾਂ ਸਾਡੇ ਨਾਲ ਸੰਪਰਕ ਕਰਨਗੇ ਜੋ ਤੁਹਾਡੀ ਮਦਦ ਕਰਨਾ ਚਾਹੁੰਦੇ ਹੋਣਗੇ। ਪਰ ਮੈਂ ਇਹ ਗੱਲ ਜ਼ਰੂਰ ਕਹਾਂਗਾ ਕਿ ਦੇਖੋ, ਸਿੱਖੀ ਦੇ ਪ੍ਰਚਾਰ ਪ੍ਰਸਾਰ ਵਾਸਤੇ ਸਾਨੂੰ ਚੰਗੇ ਪ੍ਰਚਾਰਕਾਂ ਦੀ ਲੋੜ ਕੱਲ੍ਹ ਵੀ ਸੀ, ਅੱਜ ਵੀ ਹੈ, ਅਤੇ ਕੱਲ੍ਹ ਵੀ ਹੋਵੇਗੀ। ਫਿਰ ਚਾਹੇ ਟਕਸਾਲਾਂ ਨੇ ਅਤੇ ਚਾਹੇ ਮਿਸ਼ਨਰੀ ਕਾਲਜ ਨੇ, ਜਿੱਥੇ ਵੀ ਗੁਰਮਤਿ ਦਾ ਗੁਰਮਤਿ ਦੀ ਪੜ੍ਹਾਈ ਕਰਵਾਈ ਜਾਂਦੀ ਹੈ, ਸੰਥਿਆ ਦਿੱਤੀ ਜਾਂਦੀ ਹੈ, ਉਹ ਚੀਜ਼ਾਂ 'ਤੇ ਅਸੀਂ ਨਹੀਂ ਕਹਿ ਸਕਦੇ ਕਿ ਬੰਦ ਕਰੋ। ਉਹ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ, ਪਰ ਦਿਲੋਂ ਹੋਣੀਆਂ ਚਾਹੀਦੀਆਂ, ਸੱਚੀਆਂ ਸੁੱਚੀਆਂ ਹੋਣੀਆਂ ਚਾਹੀਦੀਆਂ। ਉਰੇ ਸਾਨੂੰ ਪ੍ਰਬੰਧਕੀ ਢਾਂਚਾ ਸਹੀ ਕਰਨ ਦੀ ਲੋੜ ਹੈ, ਜੋ ਪ੍ਰਬੰਧਕੀ ਢਾਂਚੇ ਦੇ ਵਿੱਚ ਮਸੰਦ ਨੇ ਉਹਨਾਂ ਨੂੰ ਵੱਢਣ ਦੀ ਲੋੜ ਹੈ, ਨਾ ਕਿ ਅਸੀਂ ਗੁਰਮਤਿ ਦਾ ਪ੍ਰਚਾਰ ਪ੍ਰਸਾਰ ਬੰਦ ਕਰ ਰਹੇ ਆ। ਨਾ ਜਿਹੜੀ ਬੇਨਤੀ ਕਰ ਰਹੇ ਆ, ਬੰਦ ਕਰਨ ਦੀ ਗੱਲ ਨੀ, ਉੱਥੇ ਕਿੱਤਾ ਮੁਖੀ ਕਿੱਤਾ ਸਿਖਾਇਆ ਜਾਵੇ, ਹਨਾ, ਕੋਈ ਕਿੱਥੇ ਰੁਜ਼ਗਾਰ ਮਿਲੇ ਕਿਸੇ ਲੋਕਾਂ ਨੂੰ। ਅਗਲੀ ਗੱਲ ਜਿਹੜੀ ਮੈਂ ਕਹਿਣ ਲੱਗਿਆ ਵੀ ਰਾਗੀ ਢਾਡੀ ਗ੍ਰੰਥੀ ਬਹੁਤ ਬਣ ਗਏ, ਪਰ ਇਹ ਬੇਰੁਜ਼ਗਾਰੀ ਦੀ ਦਲਦਲ ਵਿੱਚ ਖੁੱਭੇ ਹੋਏ ਆ। ਹੁਣ ਰਾਗੀ ਢਾਡੀ ਗ੍ਰੰਥੀ ਬਣਾਉਣੇ ਬੰਦ ਕਰਕੇ ਪ੍ਰਬੰਧਕ ਬਣਾਉਣ ਦੀ ਕੋਸ਼ਿਸ਼ ਕਰੋ। ਪ੍ਰਬੰਧਕ ਦੱਸੋ ਬਣਾਉਣ ਦੀ ਕਿੱਥੇ ਕਾਰਜਸ਼ਾਲਾ ਜਿਹੜੀ ਆ ਪਾਠਸ਼ਾਲਾ ਲੱਗੀ ਹੋਈ ਆ, ਕਿੱਥੇ ਪ੍ਰਬੰਧਕਾਂ ਦਾ ਗੁਰਮਤਿ ਟੈਸਟ ਹੁੰਦਾ ਹੈ, ਕਿੱਥੇ ਪ੍ਰਬੰਧਕਾਂ ਨੂੰ ਰੱਖਣ ਦਾ ਮਤਲਬ ਕਿ ਕੋਈ ਕੋਈ ਟੈਸਟ ਰੱਖਿਆ ਗਿਆ ਹੈਗਾ। ਪ੍ਰਬੰਧਕਾਂ ਦੀ ਪੜ੍ਹਾਈ ਦੱਸੋ ਕਿਹੜੇ ਗੁਰਮਤਿ ਕਾਲਜ 'ਚ ਹੁੰਦੀ ਹੈ। ਪ੍ਰਬੰਧਕਾਂ ਨੂੰ ਦੱਸੋ ਉਹਨਾਂ ਦੀਆਂ ਜ਼ਿੰਮੇਵਾਰੀਆਂ ਦਾ ਅਹਿਸਾਸ ਕਰਾਉਣ ਵਾਸਤੇ, ਉਹਨਾਂ ਨੂੰ ਗੁਰਮਤਿ ਪੜ੍ਹਾਉਣ ਵਾਸਤੇ ਕੋਈ ਸਾਡੇ ਕੋਲ ਇੱਦਾਂ ਦਾ ਵਿਦਿਆਲਾ ਹੈ? ਜੇ ਨਹੀਂ ਹੈ ਤਾਂ ਜੇ ਅਸੀਂ ਪੜ੍ਹ ਲਿਖ ਕੇ ਅਨਪੜ੍ਹ ਪ੍ਰਬੰਧਕਾਂ ਦੇ ਵਸ ਪੈਣਾ ਹੈਗਾ, ਤੇ ਫਿਰ ਸਾਡੀ ਪੜ੍ਹਾਈ ਦਾ ਸਾਡੇ ਗਿਆਨ ਦਾ ਫਾਇਦਾ ਕੀ ਹੈ ਜਦੋਂ ਇਹਨਾਂ ਲੋਕਾਂ ਨੇ ਸਾਡੇ ਤੋਂ ਸੁਣਨਾ ਨਹੀਂ ਹੈ। ਜਿੱਥੇ ਤੁਸੀਂ ਗੱਲ ਕੀਤੀ ਹੈ ਫਾਈਨੈਂਸ਼ੀਅਲ ਤੌਰ ਤੇ, ਮੈਂ ਸੰਗਤ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ। ਮੈਂ ਆਪਣੇ ਪਿਤਾ ਤੋਂ ਲੈ ਕੇ ਹੁਣ ਤੱਕ 35 ਸਾਲ ਲਗਾਤਾਰ ਗੁਰਦੁਆਰਿਆਂ ਦੇ ਵਿੱਚ ਰਿਹਾ। ਮੈਂ ਆਪਣੇ ਲਈ ਗੁਰਦੁਆਰਿਆਂ ਵਿੱਚ ਰਹਿ ਕੇ ਨਾ ਤੇ ਘਰ ਬਣਾ ਸਕਿਆ, ਨਾ ਮੈਂ ਆਪਣੇ ਲਈ ਘਰ ਬਣਾਉਣ ਵਾਸਤੇ ਜਗ੍ਹਾ ਬਣਾ ਸਕਿਆ। ਅੱਜ ਮੇਰੇ ਬੱਚਿਆਂ ਦਾ ਭਵਿੱਖ ਖਤਰੇ ਵਿੱਚ ਆ। ਜੇ ਮੇਰੀ ਕੌਮ ਸਾਡੇ ਵਰਗੇ ਬੰਦਿਆਂ ਦਾ ਜਿਨ੍ਹਾਂ ਨੂੰ ਗੁਰਮਤਿ ਦਾ ਗਿਆਨ ਆ, ਜਿਹੜੇ ਲੋਕ ਦਿਲੋਂ ਚਾਹੁੰਦੇ, ਜਦੋਂ ਮੈਂ ਇਸ ਗੁਰਦੁਆਰਾ ਸਾਹਿਬ 'ਚ ਆਇਆ ਸੀ ਤੇ ਮੇਰੇ ਅੰਦਰ ਦੋ ਇੱਛਾ ਸੀ। ਪਹਿਲੀ ਇੱਛਾ ਸਾਰੇ ਪਿੰਡ ਨੂੰ ਗੁਰਮਤਿ ਸਿਖਾਉਣੀ ਹੈ, ਦੂਜੀ ਇੱਛਾ ਆਸੇ ਪਾਸੇ ਦੇ ਸਕੂਲ ਕਵਰ ਕਰਨੇ ਆ, ਬੱਚਿਆਂ ਨੂੰ ਕਵਰ ਕਰਨਾ, ਗੁਰਮਤਿ ਦੇ ਮੁਤਾਬਕ ਦਿਨ ਤਿਉਹਾਰ ਮਨਾ ਕੇ ਬੱਚਿਆਂ ਨੂੰ ਮਨਮਤੀ ਤਿਉਹਾਰਾਂ ਨਾਲ ਤੋੜ ਕੇ ਗੁਰਮਤੀ ਤਿਉਹਾਰਾਂ ਨਾਲ ਜੋੜਨਾ। ਪਰ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਦੇ ਕੰਨ ਤੇ ਜੂਣਾ ਸਰਕੀ, ਉਹਨਾਂ ਨੇ ਮੇਰਾ ਕੋਈ ਵੀ ਸਹਿਯੋਗ ਨਹੀਂ ਦਿੱਤਾ, ਤਾਂ ਫਿਰ ਦੱਸੋ ਇੱਥੇ ਮੈਂ ਕੀ ਕਰ ਸਕਦਾ? ਔਰ ਅਗਲੀ ਗੱਲ, ਸਟੇਜਾਂ ਤੇ ਬਹਿ ਕੇ ਵੱਡੇ ਵੱਡੇ ਪ੍ਰਚਾਰਕ ਗ੍ਰੰਥੀਆਂ ਨੂੰ ਚੰਗਾ ਮਾੜਾ ਕਹਿੰਦੇ ਮੈਂ ਸੁਣੇ ਆ, ਪਰ
ਕਿ ਜਿਹੜੇ ਚੰਗੇ ਗ੍ਰੰਥੀ ਹੈ ਕਿ ਉਹਨਾਂ ਲੋਕਾਂ ਦੀ ਸਪੋਰਟ ਕਰਦੇ ਆ। ਮੈਂ ਕਹਿੰਦਾ ਮਾੜਿਆਂ ਦੀ ਸਪੋਰਟ ਨਾ ਕਰੋ, ਪਰ ਚੰਗਿਆਂ ਦੀ ਸਪੋਰਟ ਕੌਣ ਕੌਣ ਕਰਦਾ, ਕਿਹੜਾ ਜਥੇਦਾਰ, ਕਿਹੜੀ ਜਥੇਬੰਦੀ, ਕਿਹੜੀ ਸ਼੍ਰੋਮਣੀ ਕਮੇਟੀ, ਮਰਿਆਦਾ ਪਿੱਛੇ ਮੈਂ ਲੜਦਾ, ਕੁੰਭ ਨਾਰੀਅਲ ਜੋਤ ਪਿੱਛੇ ਮੈਂ ਲੜਦਾ, ਮਰਿਆਦਾ ਦੇ ਸਿਧਾਂਤਾਂ ਪਿੱਛੇ ਲੋਕਾਂ ਨਾਲ ਮੈਂ ਲੜਦਾ, ਤੇ ਜਦੋਂ ਮੈਨੂੰ ਗੁਰਦੁਆਰਿਓਂ ਕੱਢਿਆ ਜਾਂਦਾ ਕਿ ਉਹ ਰਹਿਤ ਮਰਿਆਦਾ ਬਣਾਉਣ ਵਾਲੇ ਮੇਰੇ ਨਾਲ ਆ ਕੇ ਖਲੋਣਗੇ? ਜੇ ਮੇਰੇ ਨਾਲ ਆ ਕੇ ਉਹ ਨਹੀਂ ਖਲੋਂਦੇ, ਅੱਜ ਮੇਰੇ ਬੱਚੇ ਦੀ ਸਕੂਲ ਵਿੱਚ 20,000 ਰੁਪਇਆ ਫੀਸ ਭਰਨੀ ਆ, ਕੀ ਮੈਂ ਉੱਥੇ ਜਾ ਕੇ ਰਹਿਤ ਮਰਿਆਦਾ ਫੜਾ ਕੇ ਆ ਜਾਵਾਂਗਾ ਕਿ ਭਾਈ ਸਾਹਿਬ ਜੀ ਆ ਚੁੱਕੋ ਰਹਿਤ ਮਰਿਆਦਾ, ਅਸੀਂ ਤਾਂ ਆਹ ਪੜ੍ਹਾਉਂਦੇ ਹਾਂ ਲੋਕਾਂ ਨੂੰ, ਉਹਨਾਂ ਨੇ ਕਹਿਣਾ 20,000 ਰੁਪਇਆ ਦਿਓ? ਜਿਹੜੇ ਗ੍ਰੰਥੀ ਰਾਗੀ ਤੁਹਾਡੀ ਪ੍ਰਚਾਰਕ ਕਬਰਾਂ ਮੜੀਆਂ ਮਸਾਣਾਂ ਤੇ ਜਾ ਕੇ ਪਾਠ ਪੂਜਾ ਕਰਕੇ ਆਪਣਾ ਪਰਿਵਾਰਾਂ ਦਾ ਗੁਜ਼ਾਰਾ ਕਰਦੇ ਆ, ਉਹ ਅਸਲ ਦੇ ਵਿੱਚ ਆਪਣੇ ਮਨੋਂ ਨਹੀਂ ਜਾਂਦੇ, ਅਸਲ ਦੇ ਵਿੱਚ ਉਹਨਾਂ ਦੀਆਂ ਮਜਬੂਰੀਆਂ ਨੇ, ਘਰ ਦੀ ਦਵਾਈ ਬੂਟੀ ਲਿਆਉਣੀ ਆ, ਪਰਿਵਾਰ ਦਾ ਖਰਚਾ ਚਲਾਉਣਾ, ਹੋਰ ਬੜਾ ਕੁਛ ਹੈ। ਇਸ ਕਿੱਤੇ ਵਿੱਚ ਜਿਹੜੇ ਲੋਕ ਪੈ ਚੁੱਕੇ ਆ, ਮੈਂ ਕਹਿੰਦਾ ਉਹ ਆਪਣਾ ਤੇ ਆਪਣੇ ਬੱਚਿਆਂ ਦਾ ਭਵਿੱਖ ਖਰਾਬ ਕਰ ਰਹੇ ਆ। ਮੈਂ ਇਸ ਚੈਨਲ ਦੇ ਜ਼ਰੀਏ ਇਹ ਬੇਨਤੀ ਕਰਨੀ ਚਾਹਾਂਗਾ ਰਾਗੀ ਗ੍ਰੰਥੀ ਢਾਡੀਆਂ ਨੂੰ, ਹਾਂ ਜਿਨ੍ਹਾਂ ਨੂੰ ਸੌਖੀ ਰੋਟੀ ਬਣਦੀ ਹੈ ਉਹ ਗੱਲ ਵੱਖਰੀ ਹੈ, ਪਰ ਜਿਹੜੇ ਬੰਦੇ ਔਖੇ ਨੇ ਗੁਰਦੁਆਰੇ ਛੱਡ ਦਿਓ, ਜਾਂ ਜੇ ਨਹੀਂ ਛੱਡ ਸਕਦੇ ਤਾਂ ਤੁਸੀਂ ਆਪਣੇ ਬੱਚਿਆਂ ਦਾ ਭਵਿੱਖ ਬਣਾਉਣ ਵਾਸਤੇ ਜਿਵੇਂ ਲੋਕ ਚੱਲਦੇ ਨੇ ਉਵੇਂ ਚੱਲੋ, ਗੁਰਮਤ ਗੁਰਮਤ ਸਿਖਾਉਣ ਦੀ ਕੋਈ ਲੋੜ ਨਹੀਂ। ਕਾਰਨ ਇਹ, ਤੁਸੀਂ ਮਨਮਤ ਕਰੋਗੇ ਤਾਂ ਗੁਰਮਤ ਵਾਲੇ ਤੁਹਾਨੂੰ ਗੁਰਦੁਆਰਿਓਂ ਕੱਢ ਦੇਣਗੇ, ਗੁਰਮਤ ਕਰੋਗੇ ਤਾਂ ਮਨਮਤ ਵਾਲੇ ਕੱਢ ਦੇਣਗੇ, ਤੁਸੀਂ ਜਾਓਗੇ ਕਿਹੜੇ ਪਾਸੇ ਦੱਸੋ ਮੈਨੂੰ? ਜੇ ਜੇ ਤੁਸੀਂ ਆਪਣੇ ਬੱਚਿਆਂ ਦਾ ਭਵਿੱਖ ਬਣਾਉਣਾ, 10 ਸਾਲ ਦੜ ਵੱਟ ਜਮਾਨਾ ਕੱਟ ਆਪਣੇ ਬੱਚਿਆਂ ਨੂੰ ਪੜ੍ਹਾਓ, ਉਹਨਾਂ ਨੂੰ ਨੌਕਰੀਆਂ ਤੇ ਲਾਓ, ਗੁਰਦੁਆਰੇ ਛੱਡੋ, ਇਹਨਾਂ ਗੁਰਦੁਆਰਿਆਂ ਦੇ ਵਿੱਚ ਭਵਿੱਖ ਨਹੀਂ ਆ, ਇੱਥੇ ਘੜਮ ਚੌਧਰੀਆਂ ਦਾ ਪਹਿਰਾ ਲੱਗ ਚੁੱਕਾ। ਇਹ ਲੋਕ ਜਿਹੜੇ ਹੈਗੇ ਗੁਰਮਤ ਦੇ ਪ੍ਰਚਾਰ ਨੂੰ ਨਹੀਂ ਚਾਹੁੰਦੇ। ਮੈਂ ਗੁਰਮਤ ਦਾ ਪ੍ਰਚਾਰ ਰੂਹ ਨਾਲ ਕੀਤਾ, ਗੁਰਮਤ ਸਿਧਾਂਤਾਂ ਦੀ ਕਥਾ ਰੂਹ ਨਾਲ ਕੀਤੀ। ਜਿਹੜਾ ਜਿਹੜੇ ਸਿਧਾਂਤ ਸੁਣਨ ਵਾਸਤੇ ਲੋਕੀ 10-10 ਲੱਖ ਰੁਪਇਆ ਲਾਉਂਦੇ ਆ ਨਾ, ਢੱਡਰੀਆਂ ਵਾਲੇ ਦਾ ਦੀਵਾਨ ਲਾ ਲਿਆ, ਕਦੇ ਪੰਥ ਪ੍ਰੀਤ ਜੀ ਦਾ ਦੀਵਾਨ ਲਾ ਲਿਆ, ਭਾਈ ਸਾਹਿਬ ਜੀ ਮੈਂ ਉਦਾਂ ਦਾ ਪੁਆਇੰਟ, ਉਦਾਂ ਦੀ ਵਿਚਾਰਧਾਰਾ ਲੋਕਾਂ ਨੂੰ ਦੇਣ ਦੀ ਕੋਸ਼ਿਸ਼ ਕੀਤੀ, ਪਰ ਇਹਨਾਂ ਦੇ ਹਜ਼ਮ ਨਹੀਂ ਆਈ। ਫਿਰ ਜਦੋਂ ਅਸੀਂ ਗਿਆਨੀਆਂ ਨਾਲ ਗੱਲ ਕਰਦੇ ਹਾਂ ਤੇ ਉਹ ਗੱਲਾਂ ਦਾ ਕੜਾਹ ਬਣਾਉਂਦੇ ਆ, ਭਾਈ ਸਾਹਿਬ ਜੀ ਤਰੀਕਾ ਸਹੀ ਕਰੋ ਜੀ, ਇਹ ਕਰੋ ਜੀ, ਉਹ ਕਰੋ ਜੀ, ਕਿੱਦਾਂ ਦਾ ਤਰੀਕਾ ਕਰੀਏ, ਓਮਕਾਰ ਦੀ ਵਿਆਖਿਆ ਕਿੱਦਾਂ ਬਦਲ ਦਈਏ, ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਦੀ ਵਿਆਖਿਆ ਕਿੱਦਾਂ ਬਦਲ ਦਈਏ, ਅਸੀਂ ਕਿੱਦਾਂ ਬਦਲ ਦਈਏ, ਮੜੇ ਮਸਾਨ ਨਾ ਜਾਈ ਕਿੱਦਾਂ ਬਦਲ ਦਈਏ, ਅਸੀਂ ਛੋਟੇ ਅੰਨ ਕਰੇ ਪਖੰਡ ਨਾ ਸੁਹਾਗਣ ਨਾ ਉਹ ਰੰਡ। ਮੇਰੇ ਕੋਲ ਏਦਾਂ ਦੇ ਪ੍ਰਚਾਰਕ ਵੀ ਆਏ ਆ, ਉਹਨਾਂ ਦੇ ਫੋਨ ਵੀ ਆਏ ਆ, ਜਿਨ੍ਹਾਂ ਨੇ ਇਹ ਗੱਲ ਕਹੀ ਆ, ਭਾਈ ਸਾਹਿਬ ਜੀ ਇੱਕ ਜਗ੍ਹਾ ਤੇ ਰਹਿ ਕੇ ਗੁਰਮਤ ਦਾ ਪ੍ਰਚਾਰ ਨਹੀਂ ਹੁੰਦਾ, ਜੇ ਨਹੀਂ ਹੁੰਦਾ ਤਾਂ ਫਿਰ ਗ੍ਰੰਥੀ ਗੁਰਮਤ ਦਾ ਜੇ ਪ੍ਰਚਾਰ ਨਹੀਂ ਕਰਦਾ ਤੇ ਤੁਸੀਂ ਉਹਨਾਂ ਨੂੰ ਮਾੜਾ ਕਿਸ ਹੱਕ ਨਾਲ ਕਹਿੰਦੇ ਹੋ? ਨਹੀਂ, ਮੈਂ ਕੋਟਕਾ ਜੀ ਫਿਰ ਵੀ ਤੁਹਾਨੂੰ ਇੱਕੋ ਹੀ ਗੱਲ ਕਹਾਂਗਾ ਕਿ ਗੁਰੂ ਘਰਾਂ ਦੇ ਵਿੱਚ ਜਿੰਨੇ ਮਰਜ਼ੀ ਘਟੀਆ ਤੋਂ ਘਟੀਆ ਮਸੰਦ ਅੱਜ ਕਬਜ਼ਾ ਕਰਕੇ ਬੈਠੇ ਹੋਣ, ਪ੍ਰਧਾਨ ਜੋ ਵੀ ਗੁਰੂ ਘਰਾਂ ਦੇ ਹੈਗੇ ਨੇ, ਪ੍ਰਬੰਧਕ ਕਮੇਟੀਆਂ ਦੇ ਵਿੱਚ ਲੋਕ ਅਜਿਹੇ ਮਨਮਤ ਵਾਲੇ ਬੈਠੇ ਹੋਣ ਜੋ ਗੁਰਮਤ ਨੂੰ ਨਹੀਂ ਬਰਦਾਸ਼ਤ ਕਰਦੇ, ਪਰ ਫਿਰ ਵੀ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਸਾਡੇ ਗੁਰੂ ਦਾ ਪ੍ਰਕਾਸ਼ ਆ ਉੱਥੇ, ਅਤੇ ਸਾਡਾ ਆਪਣਾ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਗੁਰੂ ਦੀ ਜਿੰਨੀ ਕੁ ਸੇਵਾ ਕਰ ਸਕਦੇ ਹਾਂ ਉਹ ਕਰੀਏ, ਅਤੇ ਤਨੋ ਮਨੋ ਕਰੀਏ ਧਨੋ ਕਰੀਏ, ਅਤੇ ਉਮੀਦ ਦੇ ਉੱਤੇ ਦੁਨੀਆ ਕਾਇਮ ਹੁੰਦੀ ਹੈ, ਸਾਨੂੰ ਉਮੀਦ ਨਹੀਂ ਛੱਡਣੀ ਚਾਹੀਦੀ ਕਦੇ ਵੀ। ਅਤੇ ਮੈਂ ਇਹੀ ਉਮੀਦ ਕਰਦਾ ਕਿ ਜੋ ਵੀ ਸੰਗਤ ਇਸ ਵੇਲੇ ਤੁਹਾਡੀ ਗੱਲ ਸੁਣ ਰਹੀ ਹੈ, ਜੋ ਵੀ ਤੁਹਾਡੇ ਇਮੋਸ਼ਨਸ, ਤੁਹਾਡੀਆਂ ਫੀਲਿੰਗਸ ਜੋ ਸਮਝ ਰਹੀ ਹੈ, ਕਿਉਂਕਿ ਕਹਿੰਦਾ ਜਿਸ ਤਨ ਲਾਗੇ ਸੋ ਹੀ ਜਾਣੇ, ਤੁਹਾਡੇ ਹੱਡ ਜੋ ਬੀਤੀ ਹੈ ਉਹ ਤੁਹਾਡਾ ਦਿਲ ਬਾਖੂਬੀ ਜਾਣਦਾ ਹੈ, ਕਿਉਂਕਿ ਸੁਣ ਕੇ ਸਮਝ ਕੇ ਵੀ ਅਸੀਂ ਉਹ ਚੀਜ਼ ਬਰਦਾਸ਼ਤ ਨਹੀਂ ਕਰ ਸਕਦੇ, ਮਹਿਸੂਸ ਨਹੀਂ ਕਰ ਸਕਦੇ ਜੋ ਤੁਸੀਂ ਮਹਿਸੂਸ ਕੀਤੀ ਹੈ ਜਾਂ ਜੋ ਤੁਸੀਂ ਇਸ ਵੇਲੇ ਵੀ ਗੱਲ ਕਰਦੇ ਹੋਏ ਫੀਲ ਕਰ ਰਹੇ ਹੋ, ਕਿਉਂਕਿ ਤੁਹਾਡੀ ਗੱਲਾਂ ਦੇ ਵਿੱਚ ਉਹ ਚੀਜ਼ ਜ਼ਾਹਿਰ ਹੋ ਰਹੀ ਹੈ। ਅਤੇ ਜਿੱਥੇ ਤੱਕ ਰਹੀ ਪਰਿਵਾਰਕ ਤੁਹਾਡੇ ਖਰਚਿਆਂ ਦੀ ਗੱਲ ਜਾਂ ਤੁਹਾਨੂੰ ਫਾਈਨੈਂਸ਼ੀਅਲ ਜੋ ਪ੍ਰੋਬਲਮ ਹੈ ਬੱਚਿਆਂ ਦੀ ਫੀਸਾਂ ਦੀ ਗੱਲ,
ਮੈਂ ਉਹ ਤੁਹਾਡੇ ਨਾਲ ਵਾਅਦਾ ਕਰਦਾ ਕਿ ਐਸ ਸੂਨ ਐਸ ਪੋਸੀਬਲ ਜੋ ਵੀ ਹੈ ਤੁਸੀਂ ਬਾਅਦ ਵਿੱਚ ਸੰਪਰਕ ਕਰਕੇ ਸਾਨੂੰ ਦੱਸ ਦੇਣਾ, ਅਸੀਂ ਉਸ ਚੀਜ਼ ਨੂੰ ਕੰਪਲੀਟ ਕਰਨ ਦੀ ਕੋਸ਼ਿਸ਼ ਕਰਾਂਗੇ। ਇਸ ਵੇਲੇ ਦੇਸ਼ ਵਿਦੇਸ਼ ਦੀ ਸੰਗਤ ਵੀ ਸੁਣ ਰਹੀ ਹੈ, ਉਹਨਾਂ ਨੂੰ ਵੀ ਹੱਥ ਬੰਨ ਕੇ ਬੇਨਤੀ ਕਰਦਾ ਕਿ ਚੰਗੇ ਪ੍ਰਚਾਰਕਾਂ ਨੂੰ ਤੁਸੀਂ ਆਪ ਸਹਾਰਾ ਦਿਆ ਕਰੋ, ਸਾਥ ਦਿਆ ਕਰੋ, ਤਾਂ ਕਿ ਉਹਨਾਂ ਦਾ ਮਨ ਨਾ ਟੁੱਟੇ, ਕਿਉਂਕਿ ਮਨ ਬੰਨਣ ਵਾਲੇ ਬਹੁਤ ਘੱਟ ਨੇ, ਤੋੜਨ ਵਾਲੇ ਬਹੁਤ ਜ਼ਿਆਦਾ ਨੇ। ਖਾਸ ਕਰਕੇ ਉਹਨਾਂ ਦਾ ਮਨ ਜ਼ਿਆਦਾ ਤੋੜਦੇ ਨੇ ਜਿਹੜੇ ਚੰਗਾ ਅਤੇ ਸੱਚਾ ਸੁੱਚਾ ਪ੍ਰਚਾਰ ਪ੍ਰਸਾਰ ਕਰਦੇ ਨੇ, ਜੋ ਗੁਰਮਤਿ ਦਾ ਨਿਰੋਲ ਪ੍ਰਚਾਰ ਪ੍ਰਸਾਰ ਕਰਦੇ ਨੇ, ਕਿਉਂਕਿ ਭੰਡੀ ਤਾਂ ਬਹੁਤ ਨੇ ਜਿਹੜੇ ਬੈਠ ਕੇ ਕਥਾਵਾਂ ਸੁਣਾ ਕੇ, ਸਾਖੀਆਂ ਸੁਣਾ ਕੇ, ਪੁੱਠੇ ਸਿੱਧੇ ਰਾਹ ਲਾ ਕੇ, ਆਪਣੇ ਸਾਹਮਣੇ ਮੱਥੇ ਟਕਾ ਕੇ ਲੋਕਾਂ ਤੋਂ ਨੋਟ ਲੈਂਦੇ ਨੇ, ਲੋਕਾਂ ਤੋਂ ਵੋਟਾਂ ਵੀ ਲੈਂਦੇ ਨੇ, ਦੂਜੀਆਂ ਸਿਆਸੀ ਧਿਰਾਂ ਦੇ ਹੱਥ ਠੋਕੇ ਬਣ ਕੇ ਚੱਲਦੇ ਨੇ। ਮੈਂ ਉਰੇ ਇੱਕੋ ਹੀ ਗੱਲ ਕਹਾਂਗਾ ਤੁਹਾਨੂੰ ਕੋਟ ਭਾਈ ਜੀ, ਸਾਡੇ ਪੰਜ ਤਖ਼ਤ ਨੇ, ਪੰਜਾਂ ਤਖ਼ਤਾਂ ਦੇ ਜਥੇਦਾਰਾਂ ਵੱਲ ਇੱਕ ਵਾਰ ਤੁਸੀਂ ਨਿਗਾਹ ਮਾਰ ਕੇ ਦੇਖ ਲਿਓ ਅਤੇ ਉਸ ਤੋਂ ਬਾਅਦ ਆਪਣੇ ਆਪ ਨੂੰ ਉਹਨਾਂ ਨਾਲ ਕੰਪੇਅਰ ਕਰ ਲਿਓ। ਤੁਹਾਡੇ ਅਤੇ ਉਹਨਾਂ ਦੇ ਵਿੱਚ ਕੋਈ ਜ਼ਿਆਦਾ ਫਰਕ ਨਹੀਂ ਹੈ, ਜੋ ਕੁਝ ਤੁਹਾਡੇ ਨਾਲ ਵਾਪਰਦਾ ਆ ਉਹੀ ਉਹਨਾਂ ਨਾਲ ਵੀ ਵਾਪਰਦਾ ਆ, ਅਤੇ ਕਮੀ ਤੁਹਾਡੇ ਸਿਰਫ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਦੇ ਵਿੱਚ ਨਹੀਂ ਹੈ, ਗੁਰਦੁਆਰੀ ਕਮੀ ਸਾਡੀ ਸਰਮੋਰ ਜਥੇਬੰਦੀ ਦੀ ਪ੍ਰਬੰਧਕ ਕਮੇਟੀ 'ਚ ਹੈ, ਕਿਉਂਕਿ ਜੇ ਕੋਈ ਅਕਾਲੀ ਫੂਲਾ ਸਿੰਘ ਵਰਗਾ ਉੱਥੇ ਹੁੰਦਾ ਤਾਂ ਅੱਜ ਇਹ ਨੌਬਤ ਨਹੀਂ ਸੀ ਆਉਣੀ ਪੰਜਾਬ ਦੇ ਸਾਰੇ ਗੁਰੂ ਘਰਾਂ ਦੇ ਵਿੱਚ, ਛੱਡੋ ਦੁਨੀਆਂ ਦੇ ਸਾਰੇ ਗੁਰੂ ਘਰਾਂ ਦੇ ਵਿੱਚ ਨਿਰੋਲ ਗੁਰਮਤਿ ਦਾ ਪ੍ਰਚਾਰ ਪ੍ਰਸਾਰ ਹੋਣਾ ਸੀ, ਜਿਹੜੇ ਗ੍ਰੰਥਾਂ ਨੂੰ ਲੈ ਕੇ ਜਾਂ ਇਤਿਹਾਸ ਨੂੰ ਲੈ ਕੇ ਇਹਨਾਂ ਨੇ ਪਾੜ ਪਾਏ ਨੇ, ਬੇਸ਼ੱਕ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਹੋਵੇ ਜਾਂ ਦਸਮ ਗ੍ਰੰਥ ਦੀ ਗੱਲ ਹੋਵੇ, ਇਹ ਪਾੜ ਅੱਜ ਨਾ ਪਏ ਹੁੰਦੇ। ਇਹ ਮਾੜੀਆਂ ਨੀਤੀਆਂ, ਬ੍ਰਾਹਮਣਵਾਦੀ ਸੋਚ, ਠੀਕ ਹੈ, ਅਤੇ ਮਾੜੇ ਏਜੰਡਿਆਂ ਦੇ ਚੱਲਦੇ ਆ ਕਿ ਅੱਜ ਉਹ ਕੌਮ ਜਿਹਨੂੰ ਸਾਰੀ ਦੁਨੀਆ ਸਲਾਮ ਕਰਦੀ ਸੀ, ਜਿਸਦਾ ਰਾਜ ਮਹਾਰਾਜਾ ਰਣਜੀਤ ਸਿੰਘ ਵੇਲੇ ਸਭ ਤੋਂ ਵੱਧ ਸੀ, ਪੇਸ਼ਾਵਰ ਤੱਕ ਜਾਂਦਾ ਸੀ, ਅਫਗਾਨਿਸਤਾਨ ਤੱਕ ਜਾਂਦਾ ਸੀ, ਉਹ ਕੌਮ ਅੱਜ ਸਿਮਟ ਕੇ ਇੱਕ ਛੋਟੇ ਜਿਹੇ ਖਿੱਤੇ ਦੇ ਵਿੱਚ ਰਹਿ ਗਈ ਹੈ, ਅਤੇ ਬੇੜੀਆਂ 'ਚ ਵੱਟੇ ਕਿਸੇ ਬਾਹਰ ਦੇ ਨਹੀਂ ਪਾਏ, ਸਾਡੇ ਆਪਣਿਆਂ ਨੇ ਪਾਏ ਨੇ, ਜਿਹੜੇ ਚੋਲੇ ਪਾ ਕੇ ਅੱਜ ਵੱਡੇ ਵੱਡੇ ਅਹੁਦਿਆਂ 'ਤੇ ਬੈਠੇ ਹੋਏ ਨੇ। ਇਸ ਕਰਕੇ ਮਨ ਤੋੜਨ ਦੀ ਲੋੜ ਨਹੀਂ ਹੈ, ਆਪਣਾ ਮਜ਼ਬੂਤੀ ਆਪਣੇ ਮਨ ਦੇ ਅੰਦਰ ਲੈ ਕੇ ਆਓ ਅਤੇ ਉਸ ਵਾਹਿਗੁਰੂ ਦੇ ਉੱਤੇ ਭਰੋਸਾ ਰੱਖੋ। ਪ੍ਰੀਤ ਜੀ, ਮੈਂ ਬੇਨਤੀ ਕਰਦਾ, ਉਹ ਸਤਿਗੁਰਾਂ ਦੀ ਮਿਹਰ ਆ, ਇਹੋ ਜਿਹੀ ਗੱਲ ਨਹੀਂ, ਬੜਾ ਰਵਾਉਣ ਦੀ ਅਤੇ ਬੜਾ ਮੈਨੂੰ ਦਬਕਾਉਣ ਦੀ ਕੋਸ਼ਿਸ਼ ਕੀਤੀ ਹੈ, ਮੈਂ ਨਾ ਦਬਕਾਂਗਾ ਨਾ ਰੋਵਾਂਗਾ, ਕਿਉਂਕਿ ਮੇਰੇ ਅੰਦਰ ਸਤਿਗੁਰੂ ਵੱਸਦਾ ਔਰ ਗੁਰਸਿੱਖਾਂ ਅੰਦਰ ਸਤਿਗੁਰੂ ਵੱਸ ਜਿਹੜਾ ਹੈਗਾ ਵੀ ਉਹ ਨਿਵਾਸ ਕਰਦਾ, ਖਾਲਸਾ ਮੇਰਾ ਰੂਪ ਹੈ ਖਾਸ ਹੈਗਾ। ਪਰ ਮੈਂ ਇੱਥੇ ਇੱਕ ਬੇਨਤੀ ਕਰਦਾ, ਤਕਰੀਬਨ ਜਿਹੜੇ ਵੱਡੇ ਪੱਧਰ ਤੇ ਵੀ ਰਾਜਨੀਤੀ ਹੈਗੀ ਗੁਰਦੁਆਰਿਆਂ 'ਚ, ਤੇ ਛੋਟੇ ਪੱਧਰ ਤੇ ਨਿੱਕੇ ਨਿੱਕੇ ਬਾਦਲ ਨਾ ਪਿੰਡਾਂ ਦੇ ਵਿੱਚ ਐ ਮੱਕੜੀਆਂ ਨੂੰ ਤੁਰੇ ਫਿਰਦੇ ਨੇ, ਨਿੱਕੇ ਨਿੱਕੇ ਬਾਦਲ, ਉਹ ਇੱਕ ਇੱਕ ਵੋਟ ਪਿੱਛੇ, ਇੱਕ ਇੱਕ ਵੋਟ ਪਿੱਛੇ ਗੁਰੂ ਸਿਧਾਂਤਾਂ ਦੀਆਂ ਧੱਜੀਆਂ ਲਾ ਰਹੇ ਨੇ ਇੱਕ ਇੱਕ ਵੋਟ ਪਿੱਛੇ। ਹੁਣ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਣ ਲੱਗਿਆ ਪ੍ਰੀਤ ਜੀ, ਬੜੀ ਸਵਾਦਲੀ ਗੱਲ ਹੈ, ਬੜੇ ਲੋਕ ਕਿਰਪਾਨਾਂ ਪਾ ਕੇ, ਮੈਂ ਤੁਹਾਨੂੰ ਏਦਾਂ ਕਹਿ ਸਕਦਾ ਗੱਲ ਵੀ ਬਹੁਤ ਲੋਕ ਕਿਰਪਾਨ ਇਸ ਕਰਕੇ ਨਹੀਂ ਪਾਉਂਦੇ ਕਿ ਉਹ ਅੰਮ੍ਰਿਤਧਾਰੀ ਨੇ, ਬਹੁਤ ਲੋਕ ਕਿਰਪਾਨ ਇਸ ਕਰਕੇ ਪਾਉਂਦੇ ਆ ਕਿ ਕਿਰਪਾਨ ਪਾਉਣ ਨਾਲ ਬੰਦੇ ਦੇ ਐਬ ਲੁੱਕ ਜਾਂਦੇ ਨੇ ਜੀ, ਐਬ ਲੁੱਕ ਜਾਂਦੇ ਨੇ ਬੰਦਿਆਂ ਦੇ। ਬੜੇ ਲੋਕਾਂ ਨੇ ਕਿਰਪਾਨਾਂ ਸਿਰਫ ਇਸ ਕਰਕੇ ਪਾਈਆਂ ਨੇ, ਬੜੇ ਲੋਕ ਸਿਰਫ ਨਿਤਨੇਮ ਗੁਰਦੁਆਰਿਆਂ ਚ ਇਸ ਕਰਕੇ ਕਰਦੇ ਨੇ ਕਿ ਲੋਕ ਕਹਿਣਗੇ ਬੰਦਾ ਧਰਮੀ ਹੈ। ਬਾਬਾ ਕਬੀਰ ਸਾਹਿਬ ਜੀ ਦੇ ਇੱਕ ਸ਼ਬਦ ਆ ਬੜਾ ਪਿਆਰਾ, ਕਹਿੰਦੇ ਤੇਰੀ ਪੁੰਚਟ ਉੱਪਰ ਝਮਕ ਬਾਲ, ਉਹਦੇ ਵਿੱਚ ਉਹਨਾਂ ਕਿ ਸੁਰਾ ਕੀ ਜੈਸੀ ਤੇਰੀ ਚਾਲ, ਤੇਰੀ ਪੁੰਚੜ ਉੱਪਰ ਝਮਕ ਬਾਲ। ਉੱਥੇ ਕੁੱਤੇ ਦੀ ਉਦਾਹਰਣ ਦੇ ਕੇ ਉਹਨਾਂ ਨੇ ਆਖਿਆ ਕਿ ਗਾਂ ਵਾਂਗੂ ਤੁਰਦਾ ਹੈ ਲੇਕਿਨ ਹੈ ਉਹ ਕੁੱਤਾ। ਮਤਲਬ ਕਿ ਬੰਦਾ ਧਰਮ ਦਾ ਲਿਬਾਸ ਤਾਂ ਪਾ ਲੈਂਦਾ ਹੈ ਪਰੰਤੂ ਹੈ ਅੰਦਰੋਂ ਸੱਪ। ਇਹੋ ਜਿਹੇ ਸੱਪ ਗੁਰਦੁਆਰਿਆਂ ਦੀਆਂ ਗੋਲਕਾਂ ਤੇ ਜਿੰਨਾ ਚਿਰ ਰਹਿਣਗੇ ਉਹਨਾਂ ਚਿਰ ਗੁਰਦੁਆਰਿਆਂ ਦੇ ਅੰਦਰ ਗੁਰਮਤਿ ਦਾ ਪ੍ਰਚਾਰ ਪ੍ਰਸਾਰ ਨਹੀਂ ਹੋ ਸਕਦਾ। ਹਾਂ ਉੱਦਾਂ ਉਹ ਬੜੇ ਦਾਅਵੇ ਕਰਨਗੇ ਅਸੀਂ ਫਲਾਨਿਆਂ ਦਾ ਦੀਵਾਨ ਲਾਇਆ, ਝੁੰਕਾਂ ਦਾ ਲਵਾਇਆ, ਜਿਹੜੇ ਦੀਵਾਨ ਵੀ ਲੱਗ ਰਹੇ ਨੇ ਦੇਖੋ ਪ੍ਰਚਾਰ ਕਿੰਨਾ ਹੋ ਰਿਹਾ ਇਹਦੇ ਵਿੱਚ ਕੋਈ ਸ਼ੱਕ ਨਹੀਂ।
ਪਰ ਬਦਲਾ ਨੀ ਹੋ ਰਿਹਾ। ਉਹਦਾ ਕਾਰਨ ਇੱਕੋ ਹੀ ਹੈ, ਦੀਵਾਨ ਸੁਣਨ ਵਾਲੇ ਵੀ ਸਿਰਫ ਇਹ ਸੋਚਦੇ ਆ। ਬਹੁਤ ਸਾਰੇ ਲੋਕ ਤਕਰੀਬਨ 80% ਕਿ ਅਸੀਂ ਤਾਂ ਸੁਣ ਕੇ ਮੁੜੇ ਆਉਣਾ, ਤੇ ਦੀਵਾਨ ਲਵਾਉਣ ਵਾਲੇ ਵੀ ਇਹ ਸੋਚ ਕੇ ਦੀਵਾਨ ਲਾਉਂਦੇ ਵੀ ਅਸੀਂ ਫਲਾਨਿਆਂ ਫਲਾਨੇ ਦਾ ਦੀਵਾਨ ਲਾਇਆ ਸੀ ਤੇ ਅਸ ਸਾਡੀ ਬੱਲੇ ਬੱਲੇ ਹੋਊਗੀ, ਮਤਲਬ ਕਿ ਹਮੇ ਨੂੰ ਪੱਠੇ ਪਾਏ ਜਾ ਰਹੇ ਆ, ਹੋਰ ਕੁੱਝ ਨੀ। ਹਾਂ, ਆਪਦੇ ਘਰ ਦੇ ਵਿੱਚ ਬੰਦਾ ਗਿਆਨੀ ਬੈਠਾ ਹੋਵੇ, ਲੋਕ ਉਹਨੂੰ ਛੱਡ ਕੇ ਬਾਹਰ ਜਾਣ, ਤਾਂ ਇਹਦਾ ਮਤਲਬ ਕਿ ਇਹਨਾਂ ਨੂੰ ਗਿਆਨ ਨਾਲ ਨਹੀਂ, ਇਹਨਾਂ ਨੂੰ ਸਿਰਫ ਆਪਣੀ ਹੈਂਕੜਬਾਜ਼ੀ ਜਾਂ ਆਪਣੀ ਫੋਕੀ ਚੌਧਰ ਨਾਲ ਮਤਲਬ ਆ, ਹੋਰ ਕੋਈ ਮਤਲਬ ਨਹੀਂ ਹੈਗਾ। ਗੁਰਦੁਆਰਿਆਂ ਦੇ ਹਾਲਾਤ ਤੇ ਢਾਂਚੇ ਵਿਗੜ ਚੁੱਕੇ ਨੇ, ਕੋਈ ਕਾਇਦਾ ਕਾਨੂੰਨ ਨਹੀਂ ਹੈ ਪ੍ਰਬੰਧਕ ਕਮੇਟੀਆਂ ਵਾਸਤੇ, ਕੋਈ ਇਹਨਾਂ ਦੇ ਵਾਸਤੇ ਇਹਨਾਂ ਨੂੰ ਮਤਲਬ ਕਿ ਨਿਯੁਕਤ ਕਰਨ ਦਾ ਕੋਈ ਪਲਾਨ ਨਹੀਂ ਹੈਗਾ। ਬਸ ਆਪਣੇ ਆਪ ਜਿਹੜਾ ਬੰਦਾ ਪ੍ਰਧਾਨ ਬਣ ਗਿਆ, ਪ੍ਰਧਾਨ ਆ, ਪੀੜ੍ਹੀ ਦਰ ਪੀੜ੍ਹੀ ਚੱਲਿਆ ਆ ਰਿਹਾ। ਪਰਮਾਤਮਾ ਦੇ ਉੱਤੇ ਸਾਨੂੰ ਭਰੋਸਾ ਰੱਖਣਾ ਚਾਹੀਦਾ, ਕਿਉਂਕਿ ਬਹੁਤ ਸਾਰੀਆਂ ਉਤਾਵ ਚੜਾਵ ਆਏ ਨੇ ਸਿੱਖ ਕੌਮ ਦੇ ਵਿੱਚ, ਗਿਰਾਵਟਾਂ ਬਹੁਤ ਥਾਵਾਂ ਦੇ ਉੱਤੇ ਆਈਆਂ ਨੇ, ਤੇ ਉਹ ਗਿਰਾਵਟਾਂ ਅਸੀਂ ਆਪ ਦੂਰ ਕਰਨੀਆਂ ਨੇ, ਕੋਈ ਹੋਰ ਨਹੀਂ ਆਏਗਾ। ਅਸੀਂ ਆਪ ਅੱਗੇ ਜਦੋਂ ਤੱਕ ਨਹੀਂ ਜੂਝਾਂਗੇ ਉਦੋਂ ਤੱਕ ਇਹ ਚੀਜ਼ਾਂ ਸਾਫ਼ ਨਹੀਂ ਹੋਣੀਆਂ। ਗੰਦ 'ਚ ਉੱਤਰ ਕੇ ਸਾਨੂੰ ਗੰਦ ਸਾਫ਼ ਕਰਨਾ ਪੈਣਾ ਆ, ਅਤੇ ਬਹੁਤ ਸਾਰੀ ਸੰਗਤ ਲੱਗੀ ਹੋਈ ਹੈ ਇਸ ਕੰਮ ਦੇ ਵਿੱਚ, ਬਹੁਤ ਸਾਰੇ ਚੰਗੇ ਪ੍ਰਚਾਰਕ ਨੇ ਜੋ ਇਸ ਕੰਮ ਦੇ ਵਿੱਚ ਲੱਗੇ ਹੋਏ ਨੇ, ਬਹੁਤ ਸਾਰੇ ਅਜਿਹੇ ਧਾਰਮਿਕ ਆਗੂ ਵੀ ਨੇ, ਬਹੁਤ ਸਾਰੇ ਅਜਿਹੇ ਪੋਲੀਟੀਕਲ ਆਗੂ ਵੀ ਨੇ ਜੋ ਦਿਲੋਂ ਸੇਵਾ ਕਰਨਾ ਚਾਹੁੰਦੇ ਨੇ, ਤੇ ਉਹ ਅੱਜ ਨਹੀਂ ਤਾਂ ਕੱਲ ਉਹ ਇੱਕ ਪਲੇਟਫਾਰਮ ਤੇ ਵੀ ਇਕੱਠੇ ਹੋਣਗੇ, ਸਮਾਂ ਆਏਗਾ, ਕਿਉਂਕਿ ਬਹੁਤ ਸਮੇਂ ਤੱਕ ਇਕੱਲਿਆਂ ਇਕੱਲਿਆਂ ਰਹਿ ਕੇ ਇਹ ਤੀਲੇ ਟੁੱਟਣੇ ਨੇ, ਸਾਰੇ ਜਾਣਦੇ ਨੇ। ਜਦੋਂ ਤੱਕ ਇੱਕ ਮੁੱਠ ਇੱਕਜੁੱਟ ਇਹ ਤੀਲੇ ਨਹੀਂ ਹੁੰਦੇ, ਉਦੋਂ ਤੱਕ ਠੋਸ ਕਿਸੇ ਨੂੰ ਅਸੀਂ ਲੱਤ ਨਹੀਂ ਮਾਰ ਸਕਦੇ, ਠੋਸ ਸੱਟ ਕਿਸੇ ਨੂੰ ਨਹੀਂ ਮਾਰ ਸਕਦੇ, ਉਹਨਾਂ ਨੂੰ ਜੋ ਪ੍ਰਬੰਧਕੀ ਢਾਂਚੇ ਸਾਡੇ ਮਜ਼ਬੂਤ ਹੈ ਨੇ ਉਹਨਾਂ 'ਚੋਂ ਬਾਹਰ ਨਹੀਂ ਕੱਢ ਸਕਦੇ। ਜਿਸ ਦਿਨ ਇਹ ਗੱਲ ਸਾਡੇ ਇੱਕ ਤੁਹਾਨੂੰ ਹੋਰ ਦੱਸਦਾ, ਜਿਹੜਾ ਗੁਰਦੁਆਰਾ ਸਾਹਿਬ ਦਾ ਗ੍ਰੰਥੀ ਹੈ ਜੀ, ਉਹ ਪ੍ਰਚਾਰ ਨਹੀਂ ਕਰ ਸਕਦਾ। ਪਤਾ ਕਿਉਂ ਨਹੀਂ ਕਰ ਸਕਦਾ ਪ੍ਰਚਾਰ? ਠੀਕ ਆ, ਅਸੀਂ ਸਟੇਜਾਂ ਤੇ ਕਹੀ ਜਾਂਦੇ ਹਾਂ ਪ੍ਰਚਾਰ ਗੁਰਦੁਆਰਿਆਂ 'ਚ ਹੋਣਾ ਚਾਹੀਦਾ, ਗੁਰਦੁਆਰਿਆਂ 'ਚ ਹੋਣਾ ਚਾਹੀਦਾ, ਪਰੰਤੂ ਗ੍ਰੰਥੀ ਨਹੀਂ ਕਰ ਸਕਦਾ। ਉਹਦੇ ਉੱਤੇ 10 ਬੰਦਿਆਂ ਦਾ ਦਬਾਅ ਹੈ, ਉਹਦੇ ਉੱਤੇ 50 ਬੰਦਿਆਂ ਦਾ ਦਬਾਅ ਹੈ, ਸਾਰੇ ਜਾਣਦੇ ਨੇ ਜੀ, ਇਹ ਗੱਲ ਸਾਰੇ ਜਾਣਦੇ ਨੇ। ਜਿਹੜੇ ਨੂੰ ਜਿਸ ਗ੍ਰੰਥੀ ਸਿੰਘ ਨੂੰ ਚੰਗਾ ਗੁਰਮਤ ਦਾ ਗਿਆਨ ਹੈਗਾ ਆ, ਉਸਦੇ ਉੱਤੇ ਤੁਸੀਂ ਆਪਣੀ ਗੱਲ ਕਰਦੇ ਹੋ। ਬਹੁਤ ਸਾਰੇ ਅਜਿਹੇ ਚੰਗੇ ਕੀਰਤਨੀਏ ਨੇ ਜਿਹੜੇ ਕੁੱਤਾ ਰਾਜ ਬਹਾਲੀਏ ਤੱਕ ਗਾਣਾ ਚਾਹੁੰਦੇ ਨੇ ਸ਼੍ਰੀ ਦਰਬਾਰ ਸਾਹਿਬ ਬਹਿ ਕੇ, ਪਰ ਉਹਨਾਂ ਨੂੰ ਆਗਿਆ ਨਹੀਂ ਹੈ ਉਸ ਚੀਜ਼ ਦੀ। ਠੀਕ ਹੈ, ਸਾਨੂੰ ਜਿੱਥੇ ਸਾਡੇ ਜਿਹੜਾ ਜਿਹਨੂੰ ਕਹਿੰਦੇ ਆ ਕਿ ਸਾਡਾ ਜਿਹੜਾ ਮੱਕਾ ਆ, ਅਗਰ ਉੱਥੇ ਬੈਠ ਕੇ ਅਸੀਂ ਆਪਣੀ ਗੁਰੂਆਂ ਦੀ ਦਿੱਤੀ ਹੋਈ ਬਾਣੀ ਗੁਰਬਾਣੀ ਨਹੀਂ ਪੜ੍ਹ ਸਕਦੇ, ਕਿਉਂ? ਕਿਉਂਕਿ ਸਿਆਸੀ ਧਿਰਾਂ ਨੂੰ ਲੱਗਦਾ ਸਾਡੇ ਬਾਰੇ ਗੱਲ ਹੋ ਰਹੀ ਹੈ, ਕਿਉਂਕਿ ਉਹਨਾਂ ਨੂੰ ਲੱਗਦਾ ਕਿ ਰਾਜ ਸਾਡਾ ਆ, ਆਪ ਕਾਣੇ ਨੇ, ਆਪ ਕਾਣੇ ਨੇ। ਤਾਂ ਉਹ ਸਾਡੇ ਵਾਸਤੇ ਸਭ ਤੋਂ ਵੱਡੀਆਂ ਵੱਡੀਆਂ ਉਦਾਹਰਨਾਂ ਸਾਡੇ ਸਾਹਮਣੇ ਹੈ ਨੇ, ਦੁਨੀਆਂ ਨੂੰ ਸਾਰਿਆਂ ਨੂੰ ਪਤਾ ਹੈ, ਸਾਰੇ ਜੱਗ ਜ਼ਾਹਿਰ ਹੈ ਉਹ ਚੀਜ਼ਾਂ। ਮੈਂ ਅੰਤ ਦੇ ਵਿੱਚ ਇਹੀ ਤੁਹਾਨੂੰ ਬੇਨਤੀ ਕਰਾਂਗਾ, ਇਹੀ ਕਹਿਣਾ ਚਾਹਾਂਗਾ ਕਿ ਹਿੰਮਤ ਨਾ ਹਾਰੋ, ਲੜਦੇ ਰਹੋ ਤੇ ਗੁਰਮਤ ਦਾ ਪ੍ਰਚਾਰ ਕਰਦੇ ਰਹੋ, ਕਿਉਂਕਿ ਗੁਰਮਤ ਦੇ ਚੰਗੇ ਤੇ ਸੱਚੇ ਸੁੱਚੇ ਪ੍ਰਚਾਰ ਪ੍ਰਸਾਰ ਦੀ ਪੰਜਾਬ ਨੂੰ ਬਹੁਤ ਲੋੜ ਹੈ, ਸਿੱਖ ਕੌਮ ਨੂੰ ਬਹੁਤ ਲੋੜ ਹੈ, ਤੁਹਾਡੇ ਵਰਗੇ ਪ੍ਰਚਾਰਕਾਂ ਦੀ ਸਿੱਖ ਕੌਮ ਨੂੰ ਬਹੁਤ ਲੋੜ ਹੈ, ਤੇ ਅਸੀਂ ਸਿੱਖ ਕੌਮ ਸਿੱਖ ਸੰਗਤ ਸਾਰੀ ਦੀ ਸਾਰੀ ਦਿਨ ਰਾਤ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀ ਹੈ। ਅੰਤ ਦੇ ਵਿੱਚ ਸਿੱਖ ਸੰਗਤ ਨੂੰ ਕੁਝ ਕਹਿਣਾ ਚਾਹੋਗੇ? ਮੈਂ ਇੱਕੋ ਬੇਨਤੀ ਕਰਨੀ ਚਾਹਾਂਗਾ ਸਾਰੀ ਸੰਗਤ ਨੂੰ ਕਿ ਸੰਗਤ ਜੀ, ਚੰਗੇ ਤੇ ਸੂਝਵਾਨ ਗੁਰਦੁਆਰਿਆਂ 'ਚ ਬੈਠੇ ਹੋਏ, ਛੋਟੇ ਗੁਰਦੁਆਰਿਆਂ 'ਚ ਬੈਠੇ ਹੋਏ ਗ੍ਰੰਥੀ ਸਿੰਘ, ਜਿਨ੍ਹਾਂ ਦੇ ਕੋਲ ਆਪਣੇ ਘਰ ਬਾਰ ਵੀ ਨਹੀਂ ਹੈਗੇ, ਆਪਣਾ ਰੁਜ਼ਗਾਰ ਵੀ ਨਹੀਂ ਹੈਗਾ, ਉਹਨਾਂ ਨੂੰ ਸੰਭਾਲਣ ਦੀ ਕੋਸ਼ਿਸ਼ ਕਰੋ। ਕਿਤੇ ਆਏ ਨਾ ਹੋਵੇ ਆਉਣ ਵਾਲੇ 10 ਸਾਲਾਂ ਦੇ ਵਿੱਚ ਵਿੱਚ ਗੁਰਦੁਆਰੇ ਖਾਲੀ ਹੋ ਜਾਣ ਤੇ ਗੁਰਦੁਆਰੇ ਪੈਲਸ ਦਾ ਰੂਪ ਧਾਰਨ ਕਰ ਲੈਣ, ਤੇ ਸਾਡਾ ਹਾਲ ਬੜਾ ਬੁਰਾ ਹੋਣਾ ਹੈ, ਕਿਉਂਕਿ ਗੁਰਦੁਆਰਿਆਂ ਦੇ ਗ੍ਰੰਥੀ ਕੌਮ ਦੀ ਰੀੜ੍ਹ ਦੀ ਹੱਡੀ ਹੁੰਦੇ ਨੇ। ਇਹਨਾਂ ਦੇ ਲਈ ਕੋਈ ਨਾ ਕੋਈ ਜ਼ਰੂਰ ਕੌਮ ਨੂੰ ਇੱਕ ਸਿਸਟਮ, ਇੱਕ ਪਲਾਨ ਤਿਆਰ ਕਰਨਾ ਚਾਹੀਦਾ, ਤਾਂ ਕਿ ਇਹਨਾਂ ਨੂੰ ਆਉਣ ਵਾਲੀਆਂ ਜਿਹੜੀਆਂ ਮੁਸ਼ਕਲਾਂ ਨੇ, ਦਰਪੇਸ਼ ਮੁਸ਼ਕਲਾਂ ਜਿਹੜੀਆਂ ਨੇ,
ਉਹਨਾਂ ਦਾ ਹੱਲ ਕੱਢਿਆ ਜਾ ਸਕੇ, ਕਿਉਂਕਿ ਗ੍ਰੰਥੀ ਨਾ ਤਾਂ ਧਰਨਾ ਲਾ ਸਕਦੇ ਆ, ਨਾ ਸਟ੍ਰਾਈਕ ਕਰ ਸਕਦੇ ਆ, ਕੁਝ ਨੀ ਕਰ ਸਕਦੇ ਵਿਚਾਰੇ। ਇਹਨਾਂ ਨੂੰ ਧਰਮ ਦਾ ਚੋਲਾ ਪਵਾ ਕੇ ਅਸੀਂ ਇਹੋ ਜਿਹੀ ਲਿਪਾ ਪੋਚੀ ਮਾਰਦੇ ਹਾਂ ਕਿ ਰੱਬ ਤੇ ਭਰੋਸਾ ਰੱਖੋ, ਰੱਬ ਤੇ ਭਰੋਸਾ ਰੱਖੋ। ਇਹ ਵਿਚਾਰੇ ਫਿਰ ਉੱਥੇ ਆ ਕੇ ਖਲੋ ਜਾਂਦੇ ਆ, ਮਾਸਟਰ 40-40 ਹਜ਼ਾਰ ਤਨਖਾਹ ਲੈ ਕੇ ਵੀ ਧਰਨਾ ਲਾਉਂਦੇ ਆ। ਇੱਥੇ ਜਿਹੜੇ ਆ ਕਿਸਾਨ ਵੀ ਧਰਨਾ ਲਾਉਂਦੇ ਆ, ਇੱਥੇ ਮਜ਼ਦੂਰ ਵੀ ਧਰਨਾ ਲਾਉਂਦੇ ਆ, ਇੱਥੇ ਨਰੇਗਾ ਵਾਲੇ ਵੀ ਧਰਨਾ ਲਾਉਂਦੇ ਆ, ਪਰੰਤੂ ਗ੍ਰੰਥੀ ਧਰਨਾ ਨਹੀਂ ਲਾ ਸਕਦਾ, ਕਿਉਂਕਿ ਧਰਮ ਦੀ ਦੁਨੀਆਂ ਦਾ ਦਾਇਰਾ ਏਡਾ ਕੁ ਅਸੀਂ ਸੰਗੋੜ ਦਿੱਤਾ ਹੈਗਾ, ਸੁੰਗੜ ਗਿਆ ਹੈਗਾ ਕਿ ਉਹ ਆਪਣੀ ਗੱਲ ਨੂੰ ਖੁੱਲ ਕੇ ਕਹਿਣ ਤੋਂ ਅਸਮਰੱਥ ਨੇ। ਉਹਨਾਂ ਦੇ ਉੱਤੇ, ਉਹਨਾਂ ਦਾ ਗੱਲ ਘੁੱਟਣ ਵਾਲੇ ਉਹਨਾਂ ਦੇ ਉੱਤੇ ਬੈਠੇ ਨੇ, ਤਾਂ ਕਰਕੇ ਉਹ ਆਪਣੀਆਂ ਅੰਦਰਲੀਆਂ ਭਾਵਨਾਵਾਂ ਨੂੰ ਅੰਦਰ ਦਬਾ ਕੇ ਬਸ ਆਪਣੇ ਦਿਨ ਕੱਟੀ ਕਰ ਰਹੇ ਨੇ। ਤੁਸੀਂ ਇੱਕ ਗੱਲ ਮੈਂ ਤੁਹਾਨੂੰ ਹੋਰ ਛੋਟੀ ਜਿਹੀ ਕਹਿਣੀ ਚਾਹੁੰਦਾ। ਆਹ ਥੋੜੇ ਦਿਨ ਪਹਿਲਾਂ ਮੈਂ ਇੱਕ ਦੇਖੀ ਸੀ, ਫੋਟੋ ਦੇਖੀ ਸੀ ਵਟਸਐਪ ਤੇ, ਕਹਿੰਦੇ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਕੀਰਤਨ ਕਰਨ ਵਾਸਤੇ ਰਾਗੀ ਗਏ, ਉਹਨਾਂ ਨੂੰ 10 ਰੁਪਈਏ ਭੇਟਾ ਹੋਈ, ਤੇ ਕਹਿੰਦੇ ਵੀ ਉੱਥੋਂ ਦੀ ਕਮੇਟੀ ਨੇ 5 ਰੁਪਈਏ ਆਪ ਰੱਖ ਲਏ ਤੇ 5 ਰੁਪਈਏ ਰਾਗੀਆਂ ਨੂੰ ਦੇਤੇ। ਤੁਸੀਂ ਦੱਸੋ ਵੀ ਜਿਹਨਾਂ ਦੀ ਮਾਨਸਿਕਤਾ ਇੰਨੀ ਗਿਰ ਜਾਏ ਕਿ ਉਹ ਲੋਕ ਕੌਮ ਨੂੰ ਤਰੱਕੀਆਂ ਦੀ ਰਾਹ ਤੇ ਲਿਜਾ ਸਕਦੇ ਆ? ਜੇ ਇਹੋ ਜਿਹੇ ਲੋਕ ਪ੍ਰਬੰਧਕ ਹੋਣਗੇ ਤਾਂ ਮੈਨੂੰ ਨੀ ਲੱਗਦਾ ਕਿ ਕੌਮ ਦਾ ਭਵਿੱਖ ਸਵਰੇਗਾ। ਬਿਗੜ ਜਾਏਗਾ ਹੋਰ ਬਿਗੜ ਜਾਏਗਾ ਜੇ ਅਸੀਂ ਨਾ ਸੰਭਾਲਿਆ ਤਾਂ ਬਿਲਕੁਲ ਜੀ ਬਿਲਕੁਲ ਹੋਰ ਬਿਗੜ ਜਾਏਗਾ ਤੇ ਉਮੀਦ ਕਰਦੇ ਹਾਂ ਕਿ ਤੁਹਾਡੀ ਆਵਾਜ਼ ਸਾਰੀ ਦੀ ਸਾਰੀ ਸਿੱਖ ਸੰਗਤ ਜੋ ਗੁਰਦੁਆਰਿਆਂ ਦੇ ਨਾਲ ਜੁੜੀ ਹੋਈ ਹੈ ਜਾਂ ਜੋ ਪਿੰਡਾਂ ਦੇ ਵਿੱਚ ਹੈ ਜਾਂ ਸ਼ਹਿਰਾਂ ਦੇ ਵਿੱਚ ਹੈ, ਖਿੱਤਿਆਂ ਦੇ ਵਿੱਚ ਹੈ, ਕਿਤੇ ਵੀ ਹੈ, ਉਹ ਆਪਣੇ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਵੱਲ ਹੁਣ ਤੋਂ ਜ਼ਰੂਰ ਧਿਆਨ ਦੇਣਗੇ ਕਿ ਆਖਿਰ ਉਹਦੇ ਜੋ ਮੈਂਬਰ ਹੈ ਨੇ ਉਹ ਸਿਰਫ ਗੋਲਕਾਂ ਪਿੱਛੇ ਮੈਂਬਰ ਬਣੇ ਨੇ ਜਾਂ ਵਾਕਈ ਉਹ ਗੁਰਮਤ ਦਾ ਪ੍ਰਚਾਰ ਪ੍ਰਸਾਰ ਚਾਹੁੰਦੇ ਨੇ। ਜੇਕਰ ਉਹ ਗੁਰਮਤ ਦਾ ਪ੍ਰਚਾਰ ਪ੍ਰਸਾਰ ਚਾਹੁੰਦੇ ਹੋਣਗੇ ਤਾਂ ਉਹ ਜ਼ਰੂਰ ਓਬਜੈਕਸ਼ਨ ਕਰਨਗੇ ਅਤੇ ਆਵਾਜ਼ ਬੁਲੰਦ ਕਰਨਗੇ ਤਾਂ ਕਿ ਜੋ ਕੁਝ ਤੁਹਾਡੇ ਨਾਲ ਹੋਇਆ ਕੋਟ ਭਾਈ ਜੀ ਉਹ ਕਿਸੇ ਹੋਰ ਦੇ ਨਾਲ ਨਾ ਹੋ ਸਕੇ। ਗੁਰਬਾਣੀ ਅਖੰਡਬਾਣੀ ਨਾਲ ਗੱਲਬਾਤ ਕਰਨ ਵਾਸਤੇ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨ ਵਾਸਤੇ ਬੈਲ ਨੂੰ ਰਿੰਗ ਕਰੋ।